ਕੋਈ ਨੀ ਕੋਈ ਨੀ, ਗੱਡੀ ਨੂੰ ਤਾਂ ਕੀ ਹੁੰਦਾ। ਹੁਣ ਮਸਾਂ ਸਰੀਰ ਜਿਹਾ ਠੀਕ ਹੋਇਆ। ਹੋਰ ਮਾਤਾ ਜੀ, ਆ ਮੇਰਾ ਪੁੱਤਾ ਜੀ, ਉਹ ਠੀਕ ਹੈ? ਹਾਂ ਵਧੀਆ, ਤੂੰ ਦੱਸ? ਵਧੀਆ ਵਧੀਆ ਵਧੀਆ। ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਮੈਂ ਤਾਂ ਠੀਕ ਹਾਂ, ਤੇ ਆਹ ਸੋਨੀ ਵਰਦੀ ਪਾਈ ਖੜੀ ਹੈ? ਵਰਦੀ ਪਾਈ ਹੈ, ਆਪਾਂ ਇਹਨੂੰ ਨੌਕਰੀ ਤੇ ਲਵਾਤਾ ਪੁਲਿਸ ਵਾਲੀ ਤੇ। ਹਾਂ ਮੈਨੂੰ ਪਤਾ, ਇਹੋ ਜਿਹੇ ਕੰਮ ਤਾਂ ਤੂੰ ਹੀ ਕਰਦਾ। ਉਹ ਚੱਲ ਕੋਈ ਨੀ, ਕੋਈ ਚੰਗਾ ਹੀ ਕਰਾਇਆ, ਮਾੜਾ ਤਾਂ ਨਹੀਂ ਕਰਿਆ, ਸੁਧਰ ਗਏ ਇਹਨਾਂ ਨਾਲ। ਅੱਛਾ, ਸੁਧਰ ਗਏ ਹੋਣੇ ਇਹ? ਬਹੁਤ ਬਹੁਤ ਸੁਧਰ ਗਏ, ਸ਼ੁਕਰ ਹੈ ਪਰਮਾਤਮਾ ਦਾ। ਹੁਣ ਅੱਗੇ ਦੀ ਮਰਜ਼ੀ ਆ, ਹੁਣ ਮੇਰੇ ਧੀ ਆ, ਹੁਣ ਭਾਵੇਂ ਆਪ ਗੋਲੀ ਮਾਰਦੇ ਭਾਵੇਂ ਲੋਕਾਂ ਨੂੰ ਰੋਕਦੇ, ਹੁਣ ਤਾਂ ਇਹਦੀ ਮਰਜ਼ੀ ਰਹਿ ਗਈ। ਮੈਂ ਡਿਊਟੀ ਵੀ ਆਪਦੇ ਨਾਲ ਹੀ ਲਵਾ ਲਈ ਇਹਦੀ। ਅੱਛਾ, ਹੋਰ ਤੇ ਰੀਤ? ਰੀਤਾ ਡਿਊਟੀ ਤੇ ਗਈ ਵੀ ਆ। ਅੱਛਾ, ਆਪਦੇ ਨਾਲ ਡਿਊਟੀ ਇਹਦੀ ਲਵਾ ਲਈ ਹੈ? ਹਾਂ ਇਹਦੇ ਲਵਾ ਲਈ। ਅੱਛਾ, ਤੇ ਫਿਰ ਰੀਤ ਦੀ ਲਵਾ ਲੈਂਦੇ ਨਾਲ, ਜਦੋਂ ਤੈਨੂੰ ਚਾਹੀਦੀ ਚਾਹੀਦਾ ਨਾਲ ਤਾਂ। ਉਹ ਐਂ ਤਾਂ ਮੇਰੇ ਨਾਲ ਦੋ ਲੱਗਣੀ ਆ, ਇੱਕ ਦੀ ਹੋਰ ਲਵਾਉਣੀ ਆ, ਚੱਲ ਦੇਖ ਕੇ ਜੇ ਲਵਾ ਲਾਂਗੀ। ਨਹੀਂ ਨਹੀਂ ਭੈਣ ਜੀ, ਹਾਂਜੀ, ਨਾਲੇ ਘਰ ਤੇ ਜੀ ਜੀ ਨਹੀਂ ਡਿਊਟੀ ਮੰਨਦੀ ਹੁੰਦੀ ਸਰਕਾਰ। ਕਿਉਂ ਜੀ? ਨਾ ਨਾ, ਇਹ ਆਈ ਹੁੰਦਾ ਬਸ। ਅੱਛਾ, ਹਾਂ ਸਿਕਿਉਰਿਟੀ ਆਈ ਦਿੱਤੀ ਜਾਂਦੀ ਹੁੰਦੀ। ਚੱਲ ਹੁਣ ਤੁਸੀਂ ਦੱਸੋ, ਠੀਕ ਰਹਿੰਦੇ ਹੋ? ਵਧੀਆ? ਹਾਂ ਹਾਂ ਠੀਕ ਹੈ ਭੈਣ ਜੀ। ਚਲੋ ਵਧੀਆ, ਮੈਂ ਸਤੰਬਰ ਸਾਡੋ ਜਾ ਰਹੀ ਸੀ। ਵਧੀਆ? ਹਾਂ ਬਹੁਤ ਵਧੀਆ, ਮੈਂ ਤਾਂ ਜਾਣੀ ਉੱਥੇ ਜਾ ਕੇ ਠੀਕ ਹੋ ਗਈ। ਵਧੀਆ, ਕਿੰਨੇ ਦੀ ਦਵਾਈਆਂ ਲਈ ਸੀ, ਮਸਾਂ ਟੁੱਟੀਆਂ ਦਵਾਈਆਂ। ਲੈ, ਉਹ ਅੰਮ੍ਰਿਤਸਰ ਜਿਹੜਾ ਜਾਂਦਾ ਗਾ ਉੱਥੇ ਤਾਂ ਸਾਰੇ ਜਾ ਕੇ ਠੀਕ ਹੋ ਜਾਂਦੇ, ਐਵੇਂ ਤਾਂ ਨੀ ਅੰਮ੍ਰਿਤਸਰ ਕਹਿੰਦੇ। ਪਰ ਪਰਮਾਤਮਾ ਦੇ ਭਰੋਸਾ ਰੱਖਣਾ ਚਾਹੀਦਾ, ਪਰ ਆਪਾਂ ਭਰੋਸਾ ਨਹੀਂ ਰੱਖਦੇ, ਇੱਥੇ ਦਵਾਈਆਂ ਤਾਂ ਲਈ ਜਾਂਦੇ ਰਹਿੰਦੇ ਆ, ਪਰ ਉੱਧਰ ਨਹੀਂ ਮੂੰਹ ਨਹੀਂ ਹੁੰਦਾ ਕਿਸੇ ਅੰਮ੍ਰਿਤਸਰ ਮੰਨੀ। ਸਹੀ ਗੱਲ ਹੈ, ਉੱਥੇ ਜਾ ਕੇ ਮੈਂ ਤਾਂ ਦਵਾਈਆਂ ਵੀ ਸਿੱਟੇ ਹੀ ਜਿਹੜੀਆਂ ਨਾਲ ਲਈ ਫਿਰਦੀ ਸੀ, ਵੀ ਆਹ ਖੁਰਾਕ ਹੁਣ ਲੈਣੀ, ਆਹ ਫੇਰ ਲੈਣੀ, ਮੈਂ ਤਾਂ ਸਿੱਟੇ ਹੀ ਸਾਰੀਆਂ। ਆ ਦੇਖ ਲਾ, ਤੇਰਾ ਅੱਗੇ ਨਾਲ ਸਿਹਤ ਦਾ ਹੀ ਫਰਕ ਪੈ ਗਿਆ, ਉੱਧਰ ਤੋਂ ਬਾਹਲੀ ਡਾਉਣ ਸੀਗੀ, ਐਂ ਲੱਗਦਾ ਸੀ ਅੱਜ ਦੀ ਜਾਂ ਕੱਲ੍ਹ ਦੀ ਹੈ ਬਸ। ਉਹ ਤਾਂ ਵਧੀਆ ਹੋ ਜਾਂਦਾ ਚਰਨੀ ਪੁੱਤ, ਮੈਂ ਤਾਂ ਨਾ ਅੱਕੀ ਪਈ ਹਾਂ, ਸੱਚੀ ਗੱਲ ਹੈ। ਤੂੰ ਕਦੇ ਨਾ ਅੱਕੀ ਆ, ਤੂੰ ਕਿਸੇ ਪਾਸੇ ਔਖੀ ਆ? ਔਖੀ ਨਹੀਂ, ਜੇ ਤੁਰਿਆ ਫਿਰਦਾ ਬੰਦਾ ਵਗ ਜਾਏ ਨਾ ਤਾਂ ਵਧੀਆ, ਜੇ ਜੀ ਅੱਕ ਗਿਆ ਪੁੱਤ ਦਾ ਨੂੰਹ ਦਾ, ਫਿਰ ਕੀ ਫਾਇਦਾ ਹੋਇਆ ਉਹ ਮਰਨੇ ਦਾ? ਤੇਰਾ ਇਹ ਜਿਹਾ ਪੁੱਤ ਨੀਗਾ ਵੀ ਜਿਹਦਾ ਜੀ ਅੱਕ ਜੂਗਾ, ਮੈਂ ਤੈਨੂੰ ਪਤਾ ਚੰਗਾ ਭਲਾ। ਫਿਰ ਉਹੀ ਗੱਲ, ਪੁੱਤ ਦਾ ਉਦੋਂ ਵਗਦਾ ਜਿਹੜਾ ਨਾ ਸਾਂਭਦਾ ਹੋਵੇ। ਉਹ ਤਾਂ ਮੈਨੂੰ ਪਤਾ ਹੈ, ਤਾਂ ਇਹਦਾ ਮੈਨੂੰ ਪੂਰਾ ਭਰੋਸਾ ਹੈ ਤੇਰੇ ਤੇ। ਬਸ ਫਿਰ ਜੇ ਤੂੰ ਫੋਨ ਲਾਉਣੀ, ਦੇਖੋ ਉਹਦੇ ਪਹਿਲੇ ਬੋਲ ਆਉਣਾਗਾ, ਫਿਰ ਤਾਂ ਹੁੰਦਾ ਭਾਈ ਮੈਂ ਤਾਂ ਫੋਨ ਲਾਈ ਨਹੀਂ, ਤੂੰ ਤਾਂ ਦਸ ਦਸ ਦਿਨ ਨਹੀਂ ਆਉਂਦਾ, ਫਿਰ ਮੇਰੀ ਗਲਤ ਗੱਲ ਆ। ਜਦੋਂ ਵੀ ਤੂੰ ਫੋਨ ਲਾਉਣੀ ਮੈਂ ਤੇਰੇ ਕੋਲ ਉਹਦੀ ਹਾਜ਼ਰ ਹੋਣੀ, ਜਿੱਥੇ ਮਰਜ਼ੀ ਫਿਰਦਾ ਹੋਵਾਂ। ਉਹ ਪੁੱਤਾਂ ਐਂ ਤਾਂ ਮੈਨੂੰ ਪਤਾ ਹੈ, ਆਹੀ ਤਾਂ ਉਮੀਦਾਂ ਤੇ ਮੈਂ ਜਿਉਂਦੀ ਹਾਂ, ਨਹੀਂ ਕਿੱਦਾਂ ਦੀ ਮਰ ਕੇ ਪੁਰਾਣੀ ਨਾ ਹੋ ਜਾਂਦੀ। ਉਹ ਤਾਂ ਤੇਰੀ ਗੱਲ ਠੀਕ ਆ ਮਾਂ, ਹਾਂ ਤੇਰੀ ਗੱਲ ਤਾਂ ਸਹੀ ਆ। ਤੁਸੀਂ ਐਂ ਕਰੋ, ਤੁਸੀਂ ਕਰੋ ਗੱਲਾਂ ਬਾਤਾਂ, ਤੇ ਪਹਿਲਾਂ ਮੈਂ ਬਾਬੇ ਕੋਲ ਜਾ ਕੇ ਅੰਦਰ ਮੱਥਾ ਟੇਕਿਆ। ਚੰਗਾ, ਉਹ ਜ਼ਰੂਰੀ ਆ। ਹਾਂ ਜ਼ਰੂਰੀ ਆ। ਹਾਂ ਫਿਰ ਆਪਾਂ ਬਾਅਦ 'ਚ ਕਰਦੇ ਗੱਲਬਾਤ। ਠੀਕ ਹੈ, ਹਾਂ ਸੋਨੀ ਕੋਈ ਗੱਲ ਨਹੀਂ, ਤੂੰ ਵੀ ਕੁਰਸੀ ਲੈ ਕੇ ਕੁਰਸੀ ਤੇ ਬਹਿ ਜਾ, ਹੁਣ ਇੱਥੇ ਘਰ ਆਈ ਗੱਲ ਆ, ਇੱਥੇ ਆਪਾਂ ਨੂੰ ਵੀ ਡਰ ਆ? ਕੋਈ ਗੱਲ ਨਹੀਂ ਜੀ, ਫਿਰ ਕੀ ਹੁੰਦਾ, ਕੋਈ ਚੱਕਰ ਨਹੀਂ ਜੀ, ਘਰੇ ਵੀ ਆ ਜਾਂਦੇ ਨੇ ਦੁਸ਼ਮਣ, ਤੁਹਾਨੂੰ ਪਤਾ ਹੀ, ਤਾਂ ਕਰਕੇ। ਨਹੀਂ ਫਿਰ ਵੀ ਕੁਰਸੀ ਤਾਂ ਦੇ ਦਿਓ, ਬਹਿ ਜਾਣਗੇ। ਚਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਭਾਈ, ਤੇਰੀ ਜਿਵੇਂ ਮਰਜ਼ੀ ਆ ਉਵੇਂ ਕਰ ਲਾ, ਕੋਈ ਗੱਲ ਨਹੀਂ। ਚਲ ਠੀਕ ਆ ਮਾਂ, ਮੱਥਾ ਟੇਕ ਆ ਮਾਂ। ਵਧੀਆ, ਠੀਕ ਆ। ਮੈਂ ਆਖਿਆ ਚਲ ਪਹਿਲਾਂ ਉਧਰ ਗੱਲਾਂ ਕਰ ਲੈਂਦੇ। ਹਾਂ ਨਾ ਠੀਕ ਆ ਗੱਲਾਂ। ਹਾਂ ਠੀਕ ਹੋ ਤੁਸੀਂ? ਹਾਂ ਠੀਕ ਆ, ਹੁਣ ਤਾਂ ਅੰਮ੍ਰਿਤਸਰ ਜਾ ਆਈ, ਜਮਾ ਜਾਣੀ ਦੀ ਕੋਈ ਦੁੱਖ ਨਹੀਂ ਰਹਿ, ਸਾਰੇ ਦੁੱਖ ਜਾਣੀ ਦੀ ਪੱਟੇ ਗਏ ਮੇਰੇ। ਵਧੀਆ ਹੋ ਗਿਆ ਭਾਈ, ਬਹੁਤ ਵਧੀਆ ਹੋ ਗਿਆ, ਦਰਸ਼ਨ ਕਰੇ। ਹਾਂ ਹਾਂ, ਬਾਹਲੀ ਜਾਣੀ ਦੀ ਗ੍ਰਹਿ ਜਾ ਚੜਿਆ ਸੀਗਾ, ਹੁਣ ਠੀਕ ਆ। ਹੋਰ ਜੀ ਤੁਸੀਂ ਦੱਸੋ, ਗੱਲਬਾਤ ਕੋਈ ਸੁਣਾਓ ਆਪਦੀ। ਹੋਰ ਤਾਂ ਸਭ ਠੀਕ ਹੈ ਜੀ। ਚਲੋ ਭੈਣ ਜੀ, ਠੀਕ ਹੀ ਚਾਹੀਦੇ। ਤੇ ਮੈਂ ਕਹੀ ਸੀ ਬੱਚਿਆਂ ਤਾਂ ਲੈ ਆਉਂਦੇ ਨਾਲ। ਭੈਣ ਜੀ ਬੱਚੇ ਤੁਹਾਨੂੰ ਪਤਾ ਹੈ ਨਾ, ਫਿਰ ਪੜ੍ਹਨੇ ਪਾਏ ਹੋਏ ਨੇ, ਫਿਰ ਤੁਹਾਨੂੰ ਪਤਾ ਮਹਿੰਗੇ ਸਕੂਲ 'ਚ ਮਹਿੰਗੀਆਂ ਫੀਸਾਂ ਆਉਂਦੀਆਂ ਨੇ, ਛੁੱਟੀ ਕਾਹਨੂੰ ਮਰਵਾਉਣੀ ਆ ਮਹਾਂ ਬੱਚਿਆਂ ਨੂੰ। ਉੱਥੇ ਰਹਿੰਦੇ ਨੇ? ਹਾਂਜੀ ਹਾਂ, ਉੱਥੇ ਰਹਿੰਦੇ ਨੇ, ਬਸ ਕੀ ਕਹਿਣਾ, ਇੱਕ ਦੋ ਦਿਨ ਵਾਰ ਐਤਵਾਰ ਨੂੰ ਮੰਗਵਾ ਲਈਏ,
ਠੀਕ ਹੈ ਹਾਂਜੀ ਤੇ ਰੀਤ ਵੀ ਨਹੀਂ ਮੈਂ ਆਈ ਦੇਖੀ ਚਰਨੇ ਨਾਲ ਆਈ ਨਹੀਂ ਹੈਗੀ ਕਿਉਂ ਨਹੀਂ ਆਈ ਬਸ ਉਹ ਵੀ ਆਪਦੀ ਡਿਊਟੀ ਜੀ ਤੇ ਬਿਜੀ ਹੋ ਰਹੀ ਹੈ ਜੀ ਅੱਛਾ ਹਾਂਜੀ ਹਾਂ ਤੁਹਾਨੂੰ ਪਤਾ ਹੀ ਹੈ ਫਿਰ ਐਂ ਹੁੰਦਾ ਕੰਮ ਕੰਮ ਜ਼ਿਆਦਾ ਜ਼ਰੂਰੀ ਹੁੰਦਾ ਨਾ ਫਿਰ ਉੱਥੇ ਕੰਮ ਕਰਕੇ ਉਹ ਤਾਂ ਠੀਕ ਹੈ ਤੇ ਅੱਗੇ ਵੀ ਤਾਂ ਆਉਂਦੀ ਸੀ ਡਿਊਟੀ ਕਰਕੇ ਵਿੱਚ ਦੀ ਵੀ ਆ ਜਾਂਦੀ ਸੀਗੀ ਵੀ ਬਿਮਾਰ ਹੈਗੀ ਮਾਂ ਤੇ ਨਾ ਤੁਸੀਂ ਬਿਮਾਰ ਛੱਡ ਕੇ ਗਏ ਸੀ ਤੁਸੀਂ ਵੀ ਮੈਨੂੰ ਪਤਾ ਨਹੀਂ ਲਿਆ ਜਮਾਂ ਵੀ ਉਹ ਭੈਣ ਜੀ ਮੈਂ ਤਾਂ ਆਪ ਜਾ ਕੇ ਬਿਮਾਰ ਹੋ ਗਈ ਫਿਰ ਉੱਥੋਂ ਮੇਰੇ ਭਾਈ ਭਾਬੀ ਲੈ ਗਏ ਮੈਨੂੰ ਅੱਛਾ ਹਾਂ ਰੀਤ ਕੋਲੋਂ ਠੀਕ ਹੈ ਬਸ ਜ਼ਿਆਦਾ ਹੋ ਗਈ ਸੀ ਮੈਂ ਵੀ ਬਿਮਾਰ ਜੀ ਤਾਂ ਕਰਕੇ ਨਹੀਂ ਮੁੜ ਕੇ ਮੈਂ ਇੱਥੇ ਤੁਹਾਡੇ ਕੋਲ ਆਇਆ ਗਿਆ ਚਲੋ ਠੀਕ ਹੈ ਜੀ ਚਲੋ ਚਾਹ ਚੂ ਬਣਾ ਲਓ ਫਿਰ ਤੁਸੀਂ ਹਾਂਜੀ ਕੋਈ ਗੱਲ ਨਹੀਂ ਭੈਣ ਜੀ ਮੈਂ ਰੱਖ ਲੈਣੀ ਹੈ ਚਾਹ ਤਾਂ ਹਾਂ ਤੁਸੀਂ ਧਰ ਲਓ ਚਾਹ ਕੋਈ ਗੱਲ ਦਾ ਰਾਹ ਸਿਰ ਜਾ ਹੀ ਨਹੀਂ ਲੱਦੀਆਂ ਹੈਗੀਆਂ ਕੀ ਗੱਲ ਹੈ ਨਾ ਚਰਨਾ ਕੋਈ ਮੂੰਹ ਸਿਰ ਜਾ ਬਣਾ ਕੇ ਗਿਆ ਨਾ ਭੈਣ ਜੀ ਗੱਲ ਤਾਂ ਕੋਈ ਵਿੱਚ ਹੈਗੀ ਆ ਮੈਂ ਤਾਂ ਪਈ ਹਾਂ ਕਿੱਦਾਂ ਦੀ ਪਈ ਹਾਂ ਪੁੱਤ ਮੈਂ ਤਾਂ ਉਹੀ ਤਾਂ ਗੱਲ ਹੈਗੀ ਉਹ ਤਾਂ ਮੇਰਾ ਵਿਸਾ ਨਹੀਂ ਕਰਦੀ ਸੀਗੀ ਡਿਊਟੀ ਕਰਦੀ ਵਿੱਚ ਦੀ ਆਉਂਦੀ ਸੀ ਹੋਰ ਚਲ ਠੀਕ ਹੈ ਤੂੰ ਪੈ ਜਾਂਦੀ ਹਾਂ ਪੁੱਛਣ ਦਾ ਤਾਂ ਹੱਕ ਹੀ ਹੈ ਮੇਰਾ ਚਲੋ ਅੱਜ ਵੀ ਮਿਲ ਲਊਗੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਅਸਰਤਾਂ ਨੂੰ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਦਸ਼ੀਸ਼ ਪਿਤਾ ਮਹਾਰਾਜ ਜੀ ਬਾਜਾਂ ਵਾਲਿਆ ਗਿਆਰਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸ਼ਾ ਕਿਰਪਾ ਰੱਖੀ ਮੇਰੇ ਭਰਾ ਸ਼ਕਤੀ ਹੱਥ ਰੱਖੀ ਸਮਤ ਰੋਸ਼ੀ ਗਲਤੀਆਂ ਫਲਤੀਆਂ ਮਾਫ਼ ਕਰੀ ਧੰਨ ਗੁਰੂ ਨਾਨਕ ਦੇਵ ਜੀ ਤੇਰੀ ਆਸ ਸੱਚੇ ਪਾਤਸ਼ਾਹ ਜੀ ਮੇਰੇ ਸਿਰ 'ਤੇ ਹੱਥ ਰੱਖੀ ਸਮਤ ਬਖਸ਼ੀ ਇੰਨੀ ਕੰਮ ਕਰਦੀਆਂ ਗਲਤੀਆਂ ਦੇ ਸਭ ਮਾਫ਼ ਕਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੂੰ ਮੇਰੀ ਲਾਜ ਰੱਖਣੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਮੇਰੇ ਪਰਿਵਾਰ ਤੇ ਮੇਰੇ ਰੱਖੀ ਸੱਚੇ ਪਾਤਸ਼ਾਹ ਜੀ ਜਿੰਨੇ ਵੀ ਭੈਣ ਭਰਾ ਮੇਰੇ ਸਾਰਾ ਪਰਿਵਾਰ ਮੇਰੇ ਨਾਲ ਜੁੜਿਆ ਹੋਇਆ ਸਭ ਤੇ ਮੇਰੇ ਰੱਖੀ ਸੱਚੇ ਪਾਤਸ਼ਾਹ ਜੀ ਮੇਰੇ ਭਰਾ ਸੱਚੇ ਹੱਥ ਰੱਖੀ ਸਮਰਤ ਬਖਸ਼ਣ ਗਲਤੀਆਂ ਫਲਤੀਆਂ ਮਾਫ਼ ਕਰੀ ਮੇਰੀ ਮਾਤਾ ਜੀ ਉਹਨਾਂ ਤੇ ਮੇਰੇ ਰੱਖੀ ਸੱਚੇ ਪਾਤਸ਼ਾਹ ਗਲਤੀਆਂ ਫਲਤੀਆਂ ਮਾਫ਼ ਕਰੀ ਮੇਰੀ ਮਾਂ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਜਿਹੜਾ ਕੋਈ ਦੁੱਖ ਦੇਣਾ ਮੈਨੂੰ ਦੇ ਦੀ
ਪਰ ਮੇਰੀ ਮਾਂ ਨੂੰ ਕੋਈ ਵੀ ਦੁੱਖ ਨਹੀਂ ਆਉਣਾ ਚਾਹੀਦਾ ਸੱਚੇ ਪਾਤਸ਼ਾਹ ਜੀ, ਤੁਸੀਂ ਮਿਹਰ ਰੱਖਣੀ ਆ, ਗਲਤੀਆਂ ਫਲਤੀਆਂ ਮਾਫ ਕਰਨੀ ਸੱਚੇ ਪਾਤਸ਼ਾਹ ਜੀ, ਤੂੰ ਮੇਰੀ ਲਾਜ ਰੱਖਣੀ ਆ ਸੱਚੇ ਪਾਤਸ਼ਾਹ ਜੀ। ਮੈਂ ਤਾਂ ਤੇਰੇ ਸਿਰ ਤੇਰੇ ਸਹਾਰਾ ਤੇਰੇ ਸਿਰ 'ਤੇ ਬਸ ਤੁਰਿਆ ਫਿਰਦਾ ਗਾ, ਜਿਹੜੀ ਗੱਲ ਕਹਿ ਦਿੰਦਾ ਮੈਂ ਤਾਂ ਤੇਰੇ ਛੋਟੇ ਸਿਰ 'ਤੇ ਕਹਿ ਦਿੰਦਾ, ਬਸ ਤੁਸੀਂ ਮੇਰੀ ਲਾਜ ਰੱਖਣੀ ਵਾਹਿਗੁਰੂ। ਬਸ ਜ਼ਿੰਦਗੀ 'ਚ ਨਾ ਤਾਂ ਕੋਈ ਗਲਤ ਕੰਮ ਕੀਤਾ ਅਤੇ ਨਾ ਹੀ ਤੂੰ ਕਰਾਈ ਮਹਾਰਾਜ ਸੱਚੇ ਪਾਤਸ਼ਾਹ ਜੀ, ਮਿਹਰ ਰੱਖੀ ਬਸ ਮੇਰੇ 'ਤੇ। ਜੈ ਮੈਡਮ ਦਾ ਸਰ ਐਪ ਹੈ, ਹੁਣ ਫੋਨ ਵੀ ਨਹੀਂ ਚੱਕਦੇ ਪਏ ਹੈਗੇ। ਚੱਕ ਨਹੀਂ ਰਹੇ? ਹੋਰ ਫਿਰ ਐਂ ਕਿਵੇਂ ਸਰੂਗਾ? ਮੈਨੂੰ ਐਂ ਲੱਗਦਾ ਵੀ ਨਾ ਆਪਾਂ ਨੂੰ ਮੈਡਮ ਕੋਲ ਜਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ, ਵੀ ਜੇ ਕੁਛ ਕਰਨਾ ਪਏ ਠੀਕ ਆ, ਨਹੀਂ ਤਾਂ ਸਾਨੂੰ ਜਵਾਬ ਦੇ ਦੇਣ। ਗੱਲ ਤਾਂ ਉਹੀ ਆ, ਹੁਣ ਤੀਜੇ ਚੌਥੇ ਦਿਨ ਕਦੇ ਸੋਨੂੰ ਬੁਲਾ ਲੈਂਦੇ ਆ, ਕਦੇ ਮੈਨੂੰ ਬੁਲਾ ਲੈਂਦੇ ਆ ਇਨਕੁਆਇਰੀ ਵਾਸਤੇ, ਵੀ ਆਪਾਂ ਵਿਹਲੇ ਥੋੜੀ ਆ। ਗੱਲ ਤਾਂ ਉਹੀ ਆ, ਕੋਈ ਆਪਦਾ ਕੰਮ ਵੀ ਕਰਨ ਦਾ ਸੌ, ਨਾਲੇ ਆਪਾਂ ਕੰਮ ਲੱਗ ਜਾਂਗੇ, ਹੁਣ ਆਪਾਂ ਘਰੇ ਬੈਠੇ ਵੀ ਕੀ ਕਰਾਂਗੇ। ਉਹੀ ਤਾਂ ਗੱਲ ਆ, ਸਮਝ ਤੋਂ ਬਾਹਰ ਹੋਇਆ ਪਿਆ ਵੀ ਹੋ ਕੀ ਗਿਆ ਜ਼ਿੰਦਗੀ ਨਾਲ। ਨਾਲੇ ਹੋਰ ਆ, ਜੇ ਮੈਡਮ ਨੂੰ ਇੱਕ ਵਾਰ ਕਿਹਾ ਸੀ ਉਦੋਂ ਤਾਂ ਮੈਡਮ ਇੰਨੀ ਜਿਹੜੀ ਆਪਾਂ ਨੂੰ ਉਹ ਕਹਿੰਦੇ ਸੀਗੇ, ਹੱਲਾਸ਼ੇਰੀ ਦਿੰਦੇ ਸੀ ਵੀ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਲਓ ਸਭ ਠੀਕ ਹੋ ਜਾਣਾ। ਮੈਂ ਤਾਂ ਪਰਸੋਂ ਗਿਆ, ਇੰਨੇ ਸਵਾਲ ਜਵਾਬ ਕੀਤੇ ਇੰਨੇ ਸਵਾਲ ਜਵਾਬ ਕੀਤੇ, ਮੇਰਾ ਤਾਂ ਗਲਾ ਬਹਿ ਗਿਆ ਉਹਨਾਂ ਨੂੰ ਦੱਸ ਦੱਸ ਕੇ, ਬਾਹਲਾ ਬੋਲੇ ਪਰਸੋਂ ਤੋਂ। ਕਿਹਨੇ ਕੀਤੀ ਸੀ ਇਨਕੁਆਇਰੀ ਤੁਹਾਡੀ? ਆਹ ਵੀ ਤੁਹਾਨੂੰ ਪਤਾ ਤਾਂ ਹੈਗਾ ਰਾਣੀ। ਅੱਛਾ ਚਲੋ ਕੋਈ ਗੱਲ ਨਹੀਂ, ਜੇ ਮੇਰੇ ਕੋਲ ਪਾਵਰ ਹੁੰਦੀ ਨਾ ਹੱਥ 'ਚ ਮੈਂਡਰ ਜਾਂ ਨਾ ਹੋਇਆ ਹੁੰਦਾ ਉਹਨੂੰ ਦੱਸਦਾ ਫਿਰ ਮੈਂ ਵੀ ਸਵਾਲ ਜਵਾਬ ਕਿਵੇਂ ਕਰੀਦੇ ਆ। ਬਹਿਸ ਸਾਡੀ ਇਹੀ ਹੋਈ ਗਈ ਬਸ, ਉਹਨੂੰ ਗੱਲ ਲੋੜੀ ਨਹੀਂ, ਮੈਂ ਜਵਾਬ ਦੇ ਗਿਆ, ਅੱਲਾ ਹੀ ਸੀ ਦੱਸਿਆ ਜੀ। ਮੇਰੇ ਨਾਲ ਵੀ ਇਹੀ ਬਣੀ ਆ, ਆਹੀ ਕੁਛ ਮੈਂ ਕੀਤਾ। ਹੋਰ ਸਹੀ ਗੱਲ ਆ, ਆਪਣਾ ਕੁਛ ਜ਼ਿਆਦਾ ਹੀ ਨਹੀਂ ਕਹਾਉਣ ਲੱਗ ਗਏ ਉਹ ਦੋਨੇ ਜਾਣੀਆਂ ਵੀ ਸਾਡੇ ਵਰਗਾ ਤਾਂ ਕੋਈ ਹੈ ਨਹੀਂ। ਇਹ ਗੱਲ ਨਹੀਂ ਪਤਾ ਹੈਗਾ ਵੀ ਇੰਨਾ ਚਿਰ ਹੋ ਗਿਆ ਇਹਨਾਂ ਨੂੰ ਕੰਮ ਕਰਦੇ ਨੂੰ, ਵੀ ਤੁਹਾਡਾ ਤਾਂ ਨਵਾਂ ਨਵਾਂ, ਸਾਡਾ ਤਾਂ 5-10 ਸਾਲ ਐਕਸਪੀਰੀਅੰਸ ਹੈਗਾ। ਉਹਨਾਂ ਨੂੰ ਨਾ ਥੋੜੀ ਜਿਹੀ ਫਿਰ ਉਹ ਵੀ ਆ ਨਾ, ਹਜੇ ਹਵਾ ਵੀ ਆ ਵਰਦੀ ਦੀ, ਹਾਂ ਵੀ ਅਸੀਂ ਹਰ ਕੀ ਦੇਖੀ, ਅਸੀਂ ਪਤਾ ਨਹੀਂ ਕੀ ਕੁਝ ਕਰ ਸਕਦੇ ਆ। ਗੱਲ ਤਾਂ ਉਹੀ ਆ, ਤੇ ਐਂ ਕਰਦੇ ਆਪਾਂ ਮੈਡਮ ਕੋਲ ਜਾ ਕੇ ਹੀ ਆਉਂਦੇ ਆ ਵੀ ਭਾਈ, ਐਂ ਬੈਠਣ ਨਾਲ ਨਹੀਂ ਸਰਨਾ ਹੈਗਾ, ਜੇ ਕੋਈ ਹੱਲ ਹੁੰਦਾ ਦੱਸੋ, ਜੇ ਨਹੀਂ ਹੁੰਦਾ ਸਾਨੂੰ ਜਵਾਬ ਦੇ, ਅਸੀਂ ਆਪਦਾ ਹੋਰ ਹੱਲ ਕਰੀਏ ਕੋਈ। ਐਵੇਂ ਸੀਗਾ, ਤੁਸੀਂ ਗੱਲ ਸਮਝਦੇ ਨਹੀਂ ਹੈਗੇ ਵੀ ਜੇ ਇਹ ਮੈਡਮ ਕਰਾ ਦੇਣਗੇ ਆਪਣੀ ਜਲਦੀ ਹੋ ਜਾਊਗਾ, ਨਹੀਂ ਵੈਸੇ ਆਪਾਂ ਨੂੰ ਖੁਦ ਉਹਦਾ ਕਾਨੂੰਨ ਦੇ ਸਾਰਿਆ, ਨੌਕਰੀ ਮਿਲੇ ਨਾ ਮਿਲੇ ਇਹਨਾਂ ਮੈਡਮ ਨਾ ਮਿਲੇ, ਆਪਾਂ ਨੇ ਗਲਤ ਕੀਤਾ ਗਿਆ, ਉਹ ਫਿਰ ਉਹ ਤੇ ਟਾਈਮ ਲੱਗ ਜਾਣਾ, ਗੱਲ ਤਾਂ ਐਵੇਂ ਹੈਗੀ ਮੈਡਮ ਦੇ ਸਾਰੇ ਸੀ ਆਪਾਂ ਨੂੰ ਜਲਦੀ ਮਿਲ ਜਾਂਦੀ, ਹੋਰ ਤਾਂ ਕੀ ਆ। ਫਿਰ ਆਪਾਂ ਗੱਲ ਕਰ ਲੈਂਦੇ ਬਹਿ ਕੇ ਪਿਆਰ ਨਾਲ ਕਿ ਨਹੀਂ, ਅਸੀਂ ਕਰਨਾ ਪੈਣਾ ਗਾ। ਵੈਸੇ ਜਿੱਥੇ ਤੱਕ ਮੈਨੂੰ ਉਮੀਦ ਆ ਵੀ ਉਹ ਆਪਣਾ ਕੰਮ ਕਰਨਗੇ ਤਾਂ ਹੈਗੇ, ਕਿ ਵੀ 100 ਇੱਕਾ ਹੁੰਦਾ ਹੈ ਹਨਾ। ਸਹੀ ਗੱਲ ਆ, ਹੁਣ ਉਹਨਾਂ ਨੂੰ ਕਿਹੜਾ ਇੱਕੋ ਹੀ ਕੰਮ ਆ, ਵੀ ਆਪਣੇ ਵਾਲਾ ਹੀ ਆ, ਹੋਰ ਵੀ ਬਹੁਤ ਕੰਮ ਨੇ। ਹੋਰ ਸਹੀ ਗੱਲ ਆ, ਵਿਗਾੜ ਜਾ ਪਏਗਾ ਲਾਈਫ 'ਚ ਸਾਰੀ 'ਚ, ਪਤਾ ਨਹੀਂ ਕੀ ਹੋਵੇ, ਸਾਰੇ ਕੰਮ ਜਿਹੜੇ ਕੰਮ ਪਹਿਲਾਂ ਵਧੀਆ ਸੀਗਾ, ਪਹਿਲਾਂ ਠੀਕ ਚੱਲਦਾ ਸੀ ਸਾਰਾ ਕੁਛ, ਹੁਣ ਹਰੇ ਕੰਮ ਜਿਹੜੇ ਕੰਮ 'ਚ ਹੱਥ ਪਾਉਣੇ ਵਿਗਾੜ, ਜਿਹੜੇ ਕੰਮ 'ਚ ਹੱਥ ਪਾਉਣੇ ਵਿਗਾੜ ਪੈ ਜਾਂਦਾ। ਕੋਈ ਨਾ, ਇਹ ਦਿਨ ਹੁੰਦੇ ਆ ਚੰਗੇ ਮਾੜੇ ਨਿਕਲ ਜਾਂਦੇ ਹੁੰਦੇ ਨੇ ਅੱਗੇ ਟਾਈਮ ਨਾਲ। ਨਹੀਂ ਨਹੀਂ ਅੱਬ ਘਬਰਾਉਂਦੇ ਤਾਂ ਕਿੱਥੇ ਆ ਸਰ, ਜਿਹੜਾ ਟਾਈਮ ਉਹਦਾ ਲੰਘ ਹੀ ਜਾਣਾ। ਚਲੋ ਫਿਰ ਐਵੇਂ ਕਰਦੇ ਹਾਂ, ਦੇਖ ਲਓ ਐਂ ਦੇਖ ਲਓ, ਜਿੱਦਣ ਦੇ ਆਪਾਂ ਹਰ ਮਨੁੱਖ ਲਾਇਆ ਆਪਾਂ ਨੂੰ, ਕਰਮਜੀਤ ਇੱਕ ਵਾਰੀ ਨਹੀਂ ਆ ਕੇ ਖੜਾ ਦੇਖ ਲਾ, ਉਹਨੂੰ ਕੀ ਲੋੜ ਆ ਆਉਣ ਦੀ। ਹਾਂ ਤਾਂ ਪੁੱਛਿਆ ਵੀ ਸਾਡੇ ਵਰਗਾ ਮੇਰੇ ਵਰਗੇ ਹੋ ਗਏ, ਰਹਿੰਦਾ ਕੁੰਦ ਨੂੰ ਐਂ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੂੰ ਪੈਸਿਆਂ ਬਾਰੇ ਪਤਾ ਲੱਗ ਗਿਆ ਕਿ ਮੈਂ ਪੈਸਿਆਂ 'ਚ ਕਾਣਵੀ ਨਹੀਂ ਕਰਨੀ ਸੀਗੀ। ਤੇ ਚਲੀ ਗਏ, ਆ ਜਾਓ ਜਾ ਰਹੇ ਹਾਂ। ਮਾਂ ਪਾਏਗੀ ਹੋਰ ਪਾਏਗੀ।
ਚਾਹ ਪੀ ਲਈ ਪਈ ਤੇ ਟੇਕ ਆਇਆ ਮੱਥਾ। ਹਾਂ ਮੱਥਾ ਟੇਕ ਆਇਆ। ਮਹਾਰਾਜ ਨੂੰ ਕਹਿਤਾ ਬਸ ਜਿਹੜਾ ਕੁਛ ਕਹਿਣਾ ਸੀਗਾ ਤੇ ਪਾਤਸ਼ਾਹ ਨੂੰ। ਮੈਂ ਤਾਂ ਫਿਰ ਤੁਹਾਨੂੰ ਪਤਾ ਸਿੱਧੀ ਗੱਲ ਕਰਦਾ ਉਹਨਾਂ ਜਿਹੜੀ ਹੈਗੀ ਆ, ਆਪਾਂ ਲੁਕੋਜਾਂ ਨਹੀਂ ਰੱਖਦੇ। ਠੀਕ ਹੈ ਤੇ ਸਿੱਧੀ ਤਾਂ ਮੈਂ ਵੀ ਕਰਦੀ ਹਾਂ ਤੇ ਰੀਤ ਨੇ ਮੇਰੇ ਪਿੱਛੇ ਡਿਊਟੀ ਛੱਡਦੀ ਸੀ ਤੇ ਅੱਜ ਆਈ ਨਹੀਂ ਹੈਗੀ ਤੇਰੇ ਨਾਲ, ਮੈਨੂੰ ਗੱਲ ਦੱਸ ਵਿੱਚੋਂ ਕੀ ਹੈਗੀ। ਕਾਹਦੀ ਰੀਤ ਕਿਉਂ ਨਹੀਂ ਆਈ ਨਾਲ ਤੇਰੇ ਮੇਰਾ ਪਤਾ ਲੈਣਾ? ਉਹ ਤੂੰ ਤਾਂ ਹੁਣ ਟੈਨਸ਼ਨ ਲੈ ਜਾਂਦੀ ਹੈ। ਲੈ ਹੋਰ ਹੁਣ ਅਚਾਰ ਲੈ ਲਓ ਭੈਣ ਜੀ। ਨਾ ਜੀ ਬਸ ਮੈਂ ਤਾਂ ਪੀ ਲਈ, ਤੁਸੀਂ ਪੀ ਲਓ। ਸੋਨੀ ਵੀ ਬੜੀ ਇਮਾਨਦਾਰ ਨਿਕਲੀ ਹੈ ਨਾ। ਕੀ ਹੋ ਗਿਆ? ਵਧੀਆ ਡਿਊਟੀ ਕਰ ਰਹੀ ਹੈ, ਬਾਹਰ ਗਈ ਖੜੀ ਹੈ, ਕੁਰਸੀ ਤੇ ਵੀ ਨਹੀਂ ਬਹਿੰਦੀ ਸਹੀ ਸਹੀ। ਫਿਰ ਉਹਦੀ ਡਿਊਟੀ ਹੈ, ਉਹ ਡਰਦੀ ਹੈ ਜੇ ਕੱਲ ਨੂੰ ਹੀਮ ਖੋਮ ਖੀਮ ਹੋ ਗਈ ਮੈਨੂੰ ਜਵਾਬ ਦੇਣਾ ਪਊਗਾ। ਪੂਰੀ ਸਖਤ ਡਿਊਟੀ ਦੇ ਗੇਟ ਤੇ ਖੜ ਗਈ ਉਹ, ਇਮਾਨਦਾਰੀ ਨਾਲ ਡਿਊਟੀ ਕਰ ਰਹੀ ਹੈ। ਮੈਨੂੰ ਕਹੀਏ ਤੇਰਾ ਕੁਰਸੀ ਲੈ ਜਾਂਦੀ, ਹਮ ਕਦੀ ਕੁਰਸੀ ਤੇ ਬਹਿ ਜਾਂਦੀ ਨਾ। ਆਦੀ ਮੈਂ ਬਸ ਖੜੀ ਰਹੂੰ, ਆਦੀ ਕੋਈ ਗੱਲ ਨਹੀਂ। ਆਖਿਆ ਸੀ ਤੂੰ ਮੈਂ ਲੈ ਜਾ ਬਾਹਰ ਕੁਰਸੀ, ਕਹੀ ਨਹੀਂ ਠੀਕ ਆ ਤੇ ਮੈਂ ਤਾਂ ਇਹ ਸਮਝੋ ਵੀ ਤੂੰ ਮੇਰੀ ਗੱਲ ਟਾਲ ਟੋਲ ਨਾ ਕਰਿਆ ਕਰ। ਮੇਰੀ ਗੱਲ ਸੁਣ, ਹੋਰ ਗੱਲਾਂ ਦੀ ਗੱਲਾਂ ਸੋਨੀ ਦੇ ਵਰਦੀ ਕਿੰਨੀ ਸੋਹਣੀ ਲੱਗਦੀ ਹੈ ਨਾ। ਹਾਂ ਉਹ ਤਾਂ ਮੈਨੂੰ ਵੀ ਪਤਾ ਹੈ ਸੋਹਣੀ ਲੱਗਦੀ ਹੈ ਹੈ ਨਾ। ਹਾਂ ਕੱਦ ਕਾਟ ਹੈ ਤੇ ਰੀਤ ਦੇ ਕੀ ਮਾੜੀ ਲੱਗਦੀ? ਰੀਤ ਦੇ ਮਾੜੀ ਲੱਗਦੀ ਆ? ਨਹੀਂ ਮਾੜੀ ਨਹੀਂ, ਮੈਂ ਕਹਿੰਦਾ ਫਿਰ ਫਿਰ ਵੀ ਚਾਹੇ ਕਿਵੇਂ ਆ ਵੀ ਕੱਦ ਕਾਟ ਉਹ ਸੀਗਾ, ਇਹ ਤੇ ਥੋੜਾ ਜਿਹਾ ਜੱਜ ਦੀ ਵਰਦਾ ਪਤਾ ਨਹੀਂ ਕੀ ਗੱਲ ਹੈ। ਤੂੰ ਤਾਂ ਉਹੀ ਬਸ ਲੱਗ ਜਾਂਦਾ ਜਿਹਦੀ ਬੜਾਈ ਕਰਨ ਕਦੇ ਬੜਾਈ ਕਰੀ ਜਾਊ, ਜਿਹਦੀ ਬੁਰਾਈ ਕਰਨ ਬੁਰਾਈ। ਹੋਰ ਕੀ ਆ ਫਿਰ? ਮੈਨੂੰ ਵੀ ਪਤਾ ਹੈ ਵੀ ਹਾਂ ਮੈਂ ਵੀ ਆਪ ਹੀ ਕਹਿਤਾ ਮੈਂ ਕਿੰਨੀ ਇਮਾਨਦਾਰੀ ਨਾਲ ਡਿਊਟੀ ਕਰ ਰਹੀ ਹੈ। ਉਹ ਤਾਂ ਵੱਖਰੀ ਗੱਲ, ਮੈਂ ਤਾਂ ਪੈਸੇ ਗੱਲ ਕਰੀਏ ਵਰਦੀ ਦੀ, ਇਹ ਵੀ ਕਿਸੇ ਦੀ ਜੱਜਦੀ ਹੁੰਦੀ ਹੈ ਕਿਸੇ ਨਹੀਂ ਜੱਜਦੀ। ਹਾਂ ਹਾਂ ਇਹ ਗੱਲ ਤੇਰੀ ਠੀਕ ਹੈ, ਮੰਨਣ ਯੋਗ ਹੈ। ਤਾਂ ਕਰਕੇ ਕਹਤਾ ਮੈਂ, ਹੋਰ ਨਹੀਂ ਕੋਈ ਗੱਲ ਆ। ਤੇ ਉਸ ਜਾ ਵੀ ਕੇ ਰੀਤ ਨੂੰ ਲਿਆਏਗਾ? ਹੈ ਰੀਤ ਨੂੰ ਲਿਆ ਮੈਂ ਵੇਖਣੀ ਹੈ ਕਿੰਨਾ ਚਿਰ ਹੋ ਗਿਆ। ਮੈਂ ਕੋਈ ਨਹੀਂ ਲਿਆਵਾਂਗੇ ਪਾ, ਉਹ ਐਂ ਹੋ ਗਈ ਨਾ ਗੱਲ ਆ ਤਾਂ ਉਹ ਨਾਲ ਹੀ ਆਉਂਦੀ ਜਿਹੜੀ ਮੈਨੂੰ ਕੋਠੀ ਮਿਲੀ ਆ। ਅੱਛਾ ਹੁਣ ਬਾਹਰ ਕੋਠੀ ਮਿਲ ਗਈ ਆਪਾਂ ਨੂੰ। ਅੱਛਾ ਤੇ ਉਹ ਉੱਥੇ ਵੱਗ ਗਈ, ਕਹਿੰਦੀ ਮੈਂ ਸਾਫ਼ ਸਫਾਈ ਕਰਦੀ ਹਾਂ ਜਾ ਕੇ, ਉਹਨੂੰ ਤਾਂ ਸਾਫ਼ ਸਫਾਈ ਕਰੀ ਹੁੰਦੀ ਆ ਤੇ ਚੱਲ ਕਹਿੰਦੀ ਮੈਂ ਦੇਖ ਕੇ ਜਿੱਥੇ ਸਮਾਨ ਲਾਉਣਾ ਅੱਧਾ ਟਕਾ ਕੇ ਲਾ ਦੂੰਗਾ, ਇੰਨੇ ਤੁਸੀਂ ਆ ਜਾਓਗੇ। ਮੈਂ ਉਹਨੂੰ ਕਿਹਾ ਸੀ ਪਹਿਲਾਂ ਮੈਂ ਮਾਂ ਨੂੰ ਮਿਲ ਕੇ ਜਾਊਂਗਾ, ਉਹ ਕਹਿੰਦੀ ਫਿਰ ਮਾਂ ਕੋਲ ਮੈਂ 5-4 ਦਿਨ ਲਾ ਕੇ ਜਾਊਂਗੀ ਜੀ, ਵੀ ਤਾਂ ਕਰਕੇ ਕਹਿੰਦੀ ਫਿਰ ਇੱਥੇ ਰਹੂੰ ਮੈਂ। ਇਹ ਦੇਖ ਕਿੰਨਾ ਮੋਹ ਕਰਦੀ ਹੈਗੀ। ਹਾਂ ਇਹ ਸੀ ਗੱਲ, ਉਹ ਕਹਿੰਦੀ ਫਿਰ ਮੈਂ ਆਏ ਤਾਂ ਹੈ ਨਹੀਂ ਵੀ ਇੱਕ ਦਿਨ ਨਹੀਂ ਲਾ ਕੇ, ਤਾਂ ਕਰਕੇ ਉਹ ਫਿਰ ਆਊਗੀ ਤੇਰੇ ਕੋਲ ਉਹ। ਮੈਨੂੰ ਪਤਾ ਹੈ ਮੇਰੇ ਪਿੱਛੇ ਤਾਂ ਬਿਮਾਰ ਪਿੱਛੇ ਉਹਨੇ ਰਜਾਇਣ ਦੇਤਾ ਸੀ। ਨਾ ਨਾ ਸਹੀ ਗੱਲ ਹੈ ਸਹੀ ਗੱਲ ਹੈ, ਇੰਨਾ ਕਰਦੀ ਸੀਗੀ। ਹੁਣ ਮੈਂ ਤੇ ਹੁਣ ਮੈਂ ਉਹਨੂੰ ਝੱਕੀ ਜਾਂਦੀ ਉਹਦੇ ਕੰਨੀ ਕਿ ਰੀਤ ਕਿਉਂ ਨਹੀਂ ਆਈ ਤੇ ਨਾ ਜਵਾਕ ਲੈਂਦੇ ਨੇ, ਨਾਨੀ ਨੇ ਜਵਾਕ ਨਹੀਂ ਨਾਲ ਲੈ ਕੇ ਆਉਣੇ ਸੀ। ਸਾਰਾ ਕੁਝ ਆਊਗਾ, ਮਾਂ ਮਿਲ ਗਏ ਸਾਰਾ ਕੁਝ ਆਊਗਾ, ਕਿਉਂ ਪਰਵਾਹ ਹੁੰਦੀ ਜਦੋਂ ਮੈਂ ਆ ਗਿਆ ਮੇਰੇ ਨਾਲ, ਤੈਨੂੰ ਪਤਾ ਤਾਂ ਹੁੰਦਾ ਹੀ ਸਾਰਾ ਕੁਝ ਹੀ ਆ ਜੂ। ਆਉਣਾ ਚਾਹੀਦਾ ਬਾਰੇ ਦਿਨ ਨਹੀਂ ਪਾਉਂਦਾ, ਸਾਰੀਆਂ ਗੱਲਾਂ ਛੱਡ ਇਹ ਤਾਂ ਚੱਲੀ ਜਾਣਗੀਆਂ, ਕੋਈ ਆ ਗਿਆ ਕੋਈ ਵਗ ਗਿਆ ਤਾਂ ਦੁਨੀਆਦਾਰੀ ਆ। ਤੇ ਤੂੰ ਮੈਨੂੰ ਐਂ ਦੱਸ ਹੁਣ ਜੇ ਕੋਈ ਤਕਲੀਫ ਆਈ ਤਾਂ ਦੱਸ ਦੇ। ਗੱਡੀ ਆ ਗਈ, ਉਹ ਸੋਨੀ ਕੋਈ ਨਹੀਂ ਲੰਘ ਜਾਂਦੇ ਜੇ ਕਿ ਆਉਂਦਾ ਬੰਦਾ ਆ ਜਾਂਦੇਗਾ। ਹਾਂ ਉਹੀ ਤਾਂ ਗੱਲ ਹੈ, ਸੋਨੀ ਨੂੰ ਕਹਿ ਵੀ ਜਾਣ ਦੇ। ਚੱਲ ਕੋਈ ਨਹੀਂ, ਉਹ ਡਿਊਟੀ ਵੀ ਪੈ ਬੰਦਾ ਐ ਕਿਵੇਂ ਆ ਉਹ ਕਰ ਲਏ, ਉਹਨੂੰ ਪਤਾ ਤਾਂ ਹੈਗਾ ਤੈਨੂੰ ਕੋਈ ਆਇਆ ਹੋਊਗਾ ਵੀ ਉਹਨੇ ਰੋਕ ਲਿਆ ਹੋਊਗਾ। ਠੀਕ ਹੈ ਹੋਰ ਨਹੀਂ ਕੋਈ ਗੱਲ। ਇਹੀ ਗੱਲ ਹੈ, ਤੂੰ ਦੱਸ ਮਾਂ ਹੁਣ ਕੋਈ ਦੁੱਖ ਤਕਲੀਫ ਤਾਂ ਨਹੀਂ ਮਾੜੀ ਮੋਟੀ? ਪੂਰਾ ਨਾ ਜਮਾ ਨਹੀਂ ਹੈਗੇ ਤੇ ਮੈਂ ਤਾਂ ਹੀ ਤਾਂ ਮੈਨੂੰ ਜਵਾਕਾਂ ਦੀ ਆਈ ਜਾਂਦੀ, ਤਾਂ ਹੀ ਰੀਤ ਦੀ ਆਈ ਜਾਂਦੀ, ਮੈਂ ਜਮਾ ਠੀਕ ਆ। ਜੇ ਕੋਈ ਗੱਲਬਾਤ ਹੈਗੀ ਤਾਂ ਦੱਸ ਦੇ, ਫਿਰ ਤਾਂ ਮੈਂ ਦਵਾਈ ਹੋਰ ਦਵਾ ਦੂੰਗਾ। ਨਾ ਨਾ ਬਥੇਰੀਆਂ ਖਾਰੀਆਂ ਦਵਾਈਆਂ, ਮੈਂ ਹੁਣ ਮੱਥਾ ਟੇਕ ਕੇ ਆਈ ਆ ਉੱਥੇ ਅੰਮ੍ਰਿਤਸਰ ਵੀ, ਵਾਹਿਗੁਰੂ ਹੁਣ ਮੇਰੀਆਂ ਦਵਾਈਆਂ ਛਡਾ ਦੇ। ਤਾਂ ਤੂੰ ਜਮਾ ਬੰਦ ਕਰਤੀ ਦਵਾਈ ਹੁਣ? ਜਮਾ ਮੈਂ ਤਾਂ ਜਿਹੜੀਆਂ ਇੱਕ ਦੋ ਖੁਰਾਕਾਂ ਨਾਲ ਲੈ ਗਈ ਸੀ ਉੱਥੇ ਛੱਟਿਆ ਹੀ ਆਉਂਦੀ ਕੋਈ।
ਮੱਥਾ ਟੇਕ ਕੇ ਹੀ ਕਰੀ। ਚੱਲ ਵਧੀਆ, ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਰੱਖੇ। ਬਸ ਹੁਣ ਮੈਨੂੰ ਲੋੜ ਹੀ ਨਾ ਪਵੇ ਦਵਾਈਆਂ ਦੀ, ਠੀਕ ਰਹਾਂ ਮੈਂ। ਚੱਲ ਫਿਰ ਤਾਂ ਚੰਗੀ ਗੱਲ ਆ, ਕਰਨਾ ਤਾਂ ਪਰਮਾਤਮਾ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ। ਹਾਂ ਹਾਂ, ਤੇ ਤੂੰ MLA ਬਣ ਗਿਆ ਹੈ। ਉਹ ਆਪਾਂ ਤਾਂ ਕੌਣ ਬਣਨ ਵਾਲੇ ਆ, ਪਰਮਾਤਮਾ ਹੀ ਬਣਾਉਣਾ। ਉਹੀ ਹੈ, ਉਹ ਤਾਂ ਇੱਕ ਨਾਂ ਹੈਗਾ ਬਸ। ਅੱਛਾ, ਲੋਕਾਂ ਦੇ ਵਿੱਚ ਤਾਂ ਉਹੀ ਬਸ ਹੈ ਨਾ। ਉਹ ਬਸ ਦਾ ਪਰਮਾਤਮਾ ਹੀ ਆ ਬਸ। ਫੇਰ ਉਹ ਵੀ ਮੇਰਾ ਪਰਮਾ, ਜਿਹਨੇ ਮੈਨੂੰ ਵੋਟਾਂ ਪਾਈਆਂ ਉਹ ਵੀ ਮੇਰਾ ਪਰਿਵਾਰ ਹੈ। ਹਾਂ ਜਮਾ। ਹਾਂ, ਤੇ ਮੈਂ ਵੀ ਹੁਣ ਪਰਮਾਤਮਾ ਨੇ ਇਹ ਕਹਿਣਾ ਮੇਰੇ ਪਰਿਵਾਰ ਤੇ ਸਾਰੇ ਤੇ ਮੇਹਰ ਰੱਖੀ, ਜਿੰਨੇ ਵੀ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਆ ਨਾ, ਸਾਰਿਆਂ ਤੇ ਮੇਹਰ ਰੱਖੀ ਬਸ। ਸਹੀ ਗੱਲ ਹੈ, ਨਹੀਂ ਆਪਣਾ ਪਿੰਡ ਵੀ ਪੂਰਾ ਸਾਥ ਦੇ ਰਿਹਾ ਤੇਰਾ, ਇਹ ਜੀ ਗੱਲ ਨਹੀਂ। ਤੇ ਤੂੰ ਵੀ ਪੂਰਾ ਸਾਥ ਦੇ ਦੀ, ਕਿਸੇ ਦਾ ਕੰਮ ਨੂੰ ਜਵਾਬ ਨਹੀਂ ਦੇਣਾ। ਜਿਹਨੇ ਜਿਹੜਾ ਬੰਦਾ ਮੈਨੂੰ ਸਾਥ ਦਿੰਦਾ ਉਹਦਾ ਤਾਂ ਮੈਂ ਸਾਥ ਦੇ ਨਹੀਂ ਦੇਣਾ, ਜਿਹੜਾ ਮੇਰਾ ਨਹੀਂ ਦਿੰਦਾ ਮੈਂ ਤਾਂ ਉਹਦਾ ਵੀ ਦੇਉਂ। ਤੈਨੂੰ ਪਤਾ ਤਾਂ ਹੈਗਾ ਨਾ, ਮੈਨੂੰ ਤਾਂ ਪਤਾ ਦੇ ਰਾਂ। ਆਪਾਂ ਤਾਂ ਕਿਤੇ ਇਹ ਗੱਲ ਰੱਖੀ ਨਹੀਂ, ਆਪਾਂ ਵਾਸਤੇ ਸਾਰੇ ਇੱਕੋ ਜਿਹੇ ਆ, ਇੱਕੋ ਜਿਹੇ ਚਾਹੀਦੇ ਨੇ ਬਸ। ਕਿਸੇ ਨੇ ਤੈਨੂੰ ਵੋਟ ਪਾਈ ਹੈ ਨਾ ਪਾਈ ਹੈ, ਸਾਥ ਤੂੰ ਸਾਰਿਆਂ ਦਾ ਦੇਣਾ, ਸਾਰਿਆਂ ਦਾ ਦੇਣਾ ਗਾ। ਜਿਹੜੇ ਭੈਣ ਭਰਾ ਮੈਨੂੰ ਦੇਖਦੇ, ਮੇਰਾ ਪਰਿਵਾਰ ਆ ਮੈਨੂੰ, ਉਹ ਵੀ ਦੇਖਦੇ ਆਗੇ, ਤੇ ਜਦੋਂ ਮੈਂ YouTube ਤੇ ਆਉਣਾ ਉਹ ਵੀ ਮੇਰਾ ਪਰਿਵਾਰ ਆ। ਮੈਂ ਤਾਂ ਸੱਚੇ ਪਾਤਸ਼ਾਹ ਨੂੰ ਕਹਿਣਾ ਗਾ ਉਹਨਾਂ ਦਾ ਵੀ ਭਲਾ ਕਰੀ ਬਸ, ਵੀ ਮੇਰੇ ਪਰਿਵਾਰ ਨੂੰ ਕਿਸੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ ਬਸ, ਮੇਹਰ ਰੱਖੀ। ਜੇ ਭੈਣ ਭਰਾ ਮੇਰਾ ਠੀਕ ਹੋਣਗੇ ਤਾਂ ਹੀ ਫਿਰ ਮੈਨੂੰ ਦੇਖਣਗੇ, ਨਹੀਂ ਕਿਹੜਾ ਦੇਖਦਾ, ਨਹੀਂ ਕਿਹੜਾ ਦੇਖਦਾ, ਜਦੋਂ ਆਪ ਹੀ ਨਾ ਠੀਕ ਰਹਿਣਗੇ ਤੇਰਾ ਕੌਣ ਪਤਾ ਲਊਗਾ ਫਿਰ। ਬਸ ਫਿਰ ਤਾਂ ਹੀ ਇਹਦਾ ਪਰਮਾਤਮਾ ਕੋਲ ਇਹੀ ਅਰਦਾਸ ਕਰਦਾ ਬਾਬਾ ਵੀ ਸਭ ਤੇ ਮੇਹਰ ਰੱਖੀ ਬਸ, ਕਿਸੇ ਨੂੰ ਤਕਲੀਫ ਨਾ ਆਉਣ ਦੇਈ ਬਸ। ਜੋ ਤੂੰ ਨਹੀਂ ਕਿਸੇ ਨਾਲ ਬੁਰਾ ਸੋਚਣਾ ਨਹੀਂ, ਬੁਰਾ ਕਰਨਾ ਨਹੀਂ, ਤੇਰੇ ਤੇ ਕਿਉਂ ਤਕਲੀਫਾਂ ਆਉਣਗੀਆਂ, ਸਭ ਤੇਰੀ ਦੁਨੀਆ ਸਾਥ ਦੇ ਰਹੀ ਅੱਜ ਤਾਂ। ਚੱਲ ਕੋਈ ਗੱਲ ਨਹੀਂ, ਪਰਮਾਤਮਾ ਦੀ ਮਿਹਰ ਚਾਹੀ ਦੱਸੇ ਪਾਸ਼ਾ। ਤੇ ਮੈਂ ਵੀ ਠੀਕ ਠਾਕ ਆ, ਹੁਣ ਮੇਰਾ ਫਿਕਰ ਨਾ ਕਰਿਓ, ਪਰ ਇੱਕ ਦਿਨ ਜ਼ਰੂਰ ਮਿਲਾ ਕੇ ਲੈ ਜੀ ਰੀਤ ਨੂੰ, ਠੀਕ ਆ? ਹਾਂ ਮਿਲਾ ਕੇ ਲੈ ਜੂ, ਹਜੇ ਮੈਂ ਅੱਜ ਦਾ ਦਿਨ ਤੇਰੇ ਕੋਲੇ ਲਾਉਂਗਾ, ਠੀਕ ਆ? ਤੇ ਕੱਲ ਨੂੰ ਫਿਰ ਅਸੀਂ ਨਾ ਉੱਥੇ ਕੋਠੇ ਜਾਵਾਂਗੇ, ਅੱਜ ਦਾ ਦਿਨ ਤੇਰੇ ਕੋਲੇ ਲਾ ਲੂੰ ਇੱਥੇ। ਫਿਰ ਤੈਨੂੰ ਪਤਾ ਹੈਗਾ ਮੁੜ ਕੇ ਅਸੀਂ ਚੰਡੀਗੜ੍ਹ ਆ, ਉੱਥੇ ਕਈ ਦਿਨ ਲੱਗ ਜਾਣ, ਮੁੜ ਕੇ ਮਹੀਨਾ ਵੀ ਲੱਗ ਸਕਦਾ, 20 ਦਿਨ ਵੀ ਲੱਗ ਸਕਦੇ ਆ, ਉਹ ਤਾਂ ਪਤਾ ਹੀ ਪਤਾ ਨਹੀਂ ਹੁੰਦਾ ਉੱਥੇ ਜਾ ਕੇ, ਤਾਂ ਕਰਕੇ ਹੁਣ ਅੱਜ ਦੀ ਰਾਤ ਤੇਰੇ ਕੋਲ ਲਾ ਕੇ ਨਾ ਫੇਰ ਜਾਵਾਂਗੇ। ਫੇਰ ਜਾਇਓ, ਹਾਂ ਠੀਕ ਹੈ। ਅੱਜ ਹੁਣ ਤੂੰ ਆਰਾਮ ਕਰ ਲਾ, ਫਿਰ ਆਪਾਂ ਬਹਿ ਕੇ ਰਾਤ ਨੂੰ ਗੱਲਾਂ ਬਾਤਾਂ ਕਰਾਂਗੇ, ਠੀਕ ਹੈ? ਠੀਕ ਤੇ ਅੱਜ ਮੈਂ ਲੋਟ ਲੱਗਿਆ ਤੇ ਮਾਮਾ ਮਾਮੀ ਨੂੰ ਵੀ ਕਿਹਾ ਸੀਗਾ ਕਿ ਤੁਸੀਂ ਕਿਹੜਾ ਉੱਥੇ ਆ ਜਾਓ, ਹਾਂ ਉਹਨਾਂ ਨੂੰ ਵੀ ਬੁਲਾਵਾਂਗੇ ਇੱਥੇ, ਠੀਕ ਹੈ? ਆਹ ਨਾਲੇ ਮਿਲ ਜਾਣਗੇ, ਨਾਲੇ ਤੈਨੂੰ ਮਿਲ ਜਾਣਗੇ, ਨਾਲੇ ਮੈਨੂੰ ਮਿਲ ਜਾਣਗੇ, ਠੀਕ ਹੈ? ਠੀਕ ਹੈ, ਫਿਰ ਮੈਂ ਲਾਉਣਾ ਉਹਨਾਂ ਨੂੰ ਫੋਨ ਤੇ ਤੂੰ ਕਰ ਆਰਾਮ ਇਹਨੇ। ਚੰਗਾ, ਠੀਕ ਠੀਕ ਹੈ, ਪਰਮਾਤਮਾ ਸਾਰੇ ਪਰਿਵਾਰ ਨੂੰ ਠੀਕ ਠਾਕ ਰੱਖੇ। ਮੈਂ ਤਾਂ ਇਹੀ ਚਾਹੁੰਦੀ ਹਾਂ, ਇਹੀ ਦੁਆ ਹੈ ਪਰਮਾਤਮਾ ਮੁਰੇ ਮੇਰੀ, ਮੇਰਾ ਪਰਿਵਾਰ ਸਾਰਾ ਤੰਦਰੁਸਤ ਰਹੇ। ਰੋਟੀ ਅਗੇ ਬਾਹਲੀ ਲੱਗਦੀ ਪਿਆ ਅੱਜ, ਲਾਹੌਰ ਲੱਗਣੀ ਆ, ਕੁਛ ਦਿਨ ਹੀ ਐਸੇ ਆ ਰਹੇ ਨੇ ਹੁਣ, ਹੁਣ ਤਾਂ ਪਾਣੀ ਦੇ ਸਿਰ ਤੇ ਜੀ ਆਉਂਦਾ ਬੰਦਾ, ਚਾਚੇ ਨੂੰ ਤਾਂ ਜੀਓ ਨਹੀਂ ਕਰਦਾ। ਚਾਹ ਨੂੰ ਕਿੱਥੇ, ਉਹ ਤਾਂ ਚੂਰੀ ਕੁੱਟ ਕੇ ਦਿਆ ਕਰੇ ਚੂਰੀ, ਤੂੰ ਹੋਰ ਉਹ ਗਰਦਾ ਗੁਰਦਾ ਕਿਹੜਾ ਹੁੰਦਾ ਤੂੜੀ ਦਾ, ਅੰਦਰ ਲੰਘ ਜਾਂਦਾ। ਮਿੱਠੇ ਨੂੰ ਕਿਹਦਾ ਜੀ ਕਰਦਾ, ਓਏ ਅੱਜ ਕੱਲ੍ਹ ਮਿੱਠੇ ਨੂੰ ਜੀ ਕਰਦਾ ਵੱਧ, ਚੱਲ ਕੁੱਟ ਦਿਆ ਕਰੂੰਗੀ, ਮੇਰਾ ਜੀ ਦਾ ਕੜਾਹ ਬਣਾ ਦੇ ਯਾਰ। ਓਹੋ, ਦੇਸੀ ਘਿਓ ਪਿਆ, ਚੀਜ਼ ਤਾਂ ਉਹ ਮੰਗਦਾ ਜਿਹੜੀ ਨਾ ਖਾਣੀ ਹੋਵੇ। ਲੈ ਉਹ ਸਵਾਦ ਬੜਾ ਲੱਗਦਾ, ਤੈਨੂੰ ਵਧੀਆ ਲੱਗਦਾ, ਮੈਨੂੰ ਨਹੀਂ ਵਧੀਆ ਲੱਗਦਾ, ਮੈਂ ਤਾਂ ਚੂਰੀ ਉਹ ਕੁੱਟ ਦੂੰ ਸ਼ਾਮ ਨੂੰ ਪਾ ਕੇ ਸ਼ੱਕਰ। ਸ਼ਾਮ ਨੂੰ ਕਿਉਂ, ਹੁਣ ਲਿਆ ਕੁੱਟ ਲੈ ਦੇਖ ਲਾ, ਹੁਣ ਨਾ ਉਹ ਟਾਈਮ ਹੈ ਨਾ ਉਹ ਟਾਈਮ ਹੈ, ਭੁੱਖ ਤੇ ਮੈਨੂੰ ਹੋਣ ਲੱਗੀ ਆ, ਮਰੇ ਬੰਦਾ ਹੁਣ ਚਲਾ ਦੇ ਕੱਤੇ ਨੂੰ, ਉਹ ਤੇਰੀ ਗੱਲ ਹੈ। ਹਾਂ ਹਾਂ, ਕੁੱਟਦਾ ਨਹੀਂ ਹੈ ਚੂਰੀ, ਸੌ ਸੌ ਸਵਾਲ ਕਰੇ ਕਰਕੇ ਬਹਿ ਜਾਂਦਾ, ਆ ਹੋਰ ਹੀ ਸਵਾਲ ਪਾਉਣ ਲੱਗ ਗਿਆ। ਉਹ ਵਧੀਆ ਹੁੰਦਾ ਇਹ, ਪੇਟ ਸਾਫ਼ ਹੋ ਜਾਂਦਾ ਬੰਦੇ, ਰੋਟੀ ਤੋਂ ਬਾਅਦ ਗੁੜ ਖਾਣਾ ਚਾਹੀਦਾ, ਬੰਦੇ ਨੂੰ ਕਬਜ਼ੀ ਨਹੀਂ ਹੁੰਦੀ,
ਅੱਛਾ ਹਾਂ ਜੇ ਕਿਸੇ ਨੂੰ ਕਬਜ਼ੀ ਕੁਬਜੀ ਹੋਈ ਹੋਵੇ ਨਾ ਗੁੜ ਦਾ ਡਲਾ ਖਾ ਲੇ ਤਿੰਨ ਚਾਰ ਦਿਨ। ਤੇ ਮੈਂ ਦੋ ਤਿੰਨ ਡਲੇ ਕੁੱਟ ਕੇ ਤੇ ਚੂਰੀ ਨੇ ਕੁੱਟਦਾ ਫਿਰ ਦੇਖੀ ਜਾਓ ਇਕੱਠੀ ਹੋਈ ਖਾ ਲਈ ਹੋਰ ਫਿਰ ਹੁਣ ਤੂੰ ਪੁੱਠੀ ਮਰਦੀ ਆ। ਮੈਂ ਤੈਨੂੰ ਦੱਸਦਾ ਕਈ ਵਾਰ ਕਬਜ਼ੀ ਹੋ ਜੇ ਬੰਦੇ ਨੂੰ ਨੁਕਸਾ ਦੱਸਦਾ ਦਵਾਈ ਦਾ ਉਹਨੇ ਵੇਦ ਦੱਸ ਦਿੰਦੇ ਵੀ ਗੁੜ ਦਾ ਡਲਾ ਖਾ ਲੇ। ਹਾਂ ਮੈਂ ਤਾਂ ਕਹਿੰਦੀ ਆਪੇ ਮੋਕ ਲੱਗੇ ਦੇ ਪੜਾ ਨਾ ਰੱਖਿਆ ਇਧਰਲੇ ਘਰ ਦੀ ਦੁਕਾਨ ਖੁੱਲੀ ਪਈ ਜਿਹੜੀ ਖਾਲੀ ਉੱਥੇ ਡਾਕਟਰ ਦੀ ਦੁਕਾਨ ਨਾ ਕਰਕੇ ਵਾ ਜੇ ਤੂੰ ਲੈ ਹੋਰ ਦੇਸੀ ਦਵਾਈ ਦੇਈ ਚੱਲਣੀ ਵਾਏ ਨਹੀਂ ਉਹ ਨੋਹ ਲੈਣਾ ਪੈਂਦਾ ਲਾਇਸੈਂਸ ਲੈਣਾ ਪੈਂਦਾ ਲਾਇਸੈਂਸ ਲੈਣਾ ਪੈਂਦਾ ਹੈਗਾ ਨਹੀਂ ਪੁੱਠੇ ਪੁਲਿਸ ਵਾਲੇ ਪੁੱਠੇ ਲਮਕਾ ਲੈਣਗੇ ਲਮਕਾ ਕੇ ਜਦੋਂ ਕੁੱਟਣਗੇ ਪਤਾ ਨਹੀਂ ਤੈਨੂੰ ਤਾਂ ਪਹਿਲਾਂ ਕੁੱਟਣਗੇ ਆ ਜਿਹੜੇ ਨੁਕਸੇ ਜੇ ਦੱਸਦਾ ਫਿਰਦਾ ਕਿਸੇ ਨੂੰ ਪੇਟ 'ਚ ਖਰਾਬੀ ਬੈਠ ਜੂਗੀ ਉਹ ਪਹਿਲਾਂ ਬੁੜੀਆਂ ਆਈ ਕਰਦੀ ਹੁੰਦੀ ਐ ਮੈਂਟਲੇ ਪੀਸੇ ਸਮਝ ਲਿਆ ਕਰ ਮੇਰੀ ਬੇਬੇ ਤਾਂ ਹੀ ਕੁੱਟਦੀ ਹੁੰਦੀ ਸੀ ਵੀ ਚੂਰੀ ਕਈ ਵਾਰੀ ਚੂਰੀ ਕੁੱਟ ਕੇ ਜਾਂਦੀ ਹੁੰਦੀ ਸੀ ਬੰਦੇ ਦਾ ਸਰੀਰ ਸਾਫ ਰਹੇ ਅੰਦਰੋਂ। ਅੱਛਾ ਹਾਂ ਚੂਰੀ ਕੁੱਟ ਕੇ ਦੇਸੀ ਕਿਉਂ ਤਾਂ ਹੀ ਹੁੰਦੀਆਂ ਨੇ ਬੁੜੀਆਂ ਬਹਾਨੇ ਨਾ ਮਾਰਿਆ ਕਰ ਚੂਰੀ ਖਾਣ ਗੁੜ ਕਿਉਂ ਖਾਂਦੇ ਹੁੰਦੇ ਬੁੜੇ ਤਾਂ ਹੀ ਖਾਂਦੇ ਹੁੰਦੇ ਸੀ ਕੋ ਭੁੱਕੀ ਭੁੱਕੀ ਵੱਧ ਖਾਂਦੇ ਸੀ ਉਦੋਂ ਹੈ ਤਾਂ ਕਰਕੇ ਐਡਾ ਗੁੜ ਦਾ ਡਲਾ ਖਾ ਲੈਂਦੇ ਸੀ। ਹੁਣ ਤੂੰ ਤਾਂ ਨਹੀਂ ਖਾਂਦਾ ਭੁੱਕੀ ਜਿਹੜਾ ਤੂੰ ਚੂਰੀ ਕੁੱਟਣ ਨੂੰ ਕਹਿੰਦਾ ਗੁੜ ਦੀ ਉਹ ਮੈਂ ਤਾਂ ਉਹ ਦੱਸਦਾ ਤੈਨੂੰ ਯਾਰ। ਅੱਛਾ ਫਿਰ ਤਾਂ ਠੀਕ ਹੈ ਨਾਲੇ ਸੱਚ ਉਧਰ ਸਰਪੰਚ ਵੱਲ ਗਿਆ ਸੀਗਾ ਤੂੰ। ਹਾਂ ਚਲੋ ਵੱਗ ਗਿਆ ਉੱਥੇ ਪਿੰਡ ਵੱਗ ਗਿਆ ਗਏ ਉਹਦੀ ਮੰਮੀ ਕੋਲੇ। ਹਾਂ ਹਾਂ ਤੇ ਕਿਵੇਂ ਹੁਣ ਠੀਕ ਹੈ ਤੂੰ? ਸੱਚ ਹੋਰ ਕੰਮ ਆ ਯਾਰ ਕੀ ਹੋ ਗਿਆ ਨਾ ਉਹ ਰੀਤ ਬਾਰੇ ਪੁੱਛੂ ਬੁੜੀ ਉਹਨਾਂ ਬੇਬੇ ਮਾਸੀ ਕੀ ਕਹਿੰਦੇ ਭੈਣ ਗੁੜਮਣੀ। ਹਾਂ ਉਹ ਪੁੱਛੂ ਰੀਤ ਬਾਰੇ ਹੁਣ ਚੱਲ ਕਹਿ ਦੇਣਗੇ ਵੀ ਡਿਊਟੀ ਦੂਰ ਦੀ ਪੈਗੀ ਵੀ ਫਿਰ 2-4 ਮਹੀਨੇ ਆਉਂਦੀ ਨਹੀਂ ਜੇ ਉਹਨੂੰ ਪਤਾ ਲੱਗ ਗਿਆ ਨਾ ਸਰਪੰਚ ਨੂੰ ਤਾਂ ਮਿਹਣੇ ਮਾਰ ਮਾਰੀ ਮਾਰ ਤੂੰ ਸਹੀ ਗੱਲ ਹੈ ਹਨਾ ਵਾਲੇ ਮਿਹਣੇ ਦੋ ਤਾਂ ਉਹਦੀ ਚੱਕ ਲੂ ਗੱਲ ਮੈਨੂੰ ਪਤਾ ਨਾ ਇੱਕ ਗੱਲ ਨੂੰ ਚੱਕ ਲੈ ਫੇਰ ਨਹੀਂ ਸੜਦੀ ਉਹ ਤਾਂ ਰੀਲ ਹੀ ਨਹੀਂ ਸੜਦੀ ਰੀਲੇ ਪਾ ਲਾਦੀ ਹੈ। ਮੈਂ ਤੈਨੂੰ ਪਹਿਲਾਂ ਕਿਹਾ ਸੀ ਕੰਜਰਾ ਤੂੰ ਮੇਰੀ ਗੱਲ ਨਹੀਂ ਮੰਨੀ ਹੁਣ ਜੁੱਤੀਆਂ ਖਾ ਕੇ ਹਟ ਗਿਆ ਐ ਦੇਖੀ ਤੇਰੇ ਥਲੇ ਸਰੀਰ। ਚੱਲ ਉਹਨੂੰ ਕਹਿ ਵੀ 2-4 ਮਹੀਨੇ ਭਾਈ ਬਾਹਰ ਡਿਊਟੀ ਆ ਇੰਨੇ ਨੂੰ ਚੱਲ ਕੋ ਸਮਾਨ ਹੋਰ ਹੋ ਜਾਦਾ ਹੈਗਾ ਜਾਏ ਕਹਦੇ ਕੋਈ ਬਹਾਨਾ ਲਵੇ ਐਕਸੀਡੈਂਟ ਹੋ ਗਿਆ ਮਰ ਮੁਰਗੀ ਪਰ ਲੈ ਜਾਕੂ ਕੀ ਮਰ ਗਈ ਫਿਰ ਤੂੰ ਮੈਨੂੰ ਮੂੰਹ ਨਹੀਂ ਦਿਖਾਇਆ ਫਿਰ ਉਦੋਂ ਜਾਣ ਨੂੰ ਪਿੱਟਣੇ ਨੇਗੇ ਪਰ ਦੂਰੇ ਡਿਊਟੀ ਦੇਖ ਦੋ ਕਹ ਵੀ ਉਹ ਤਾਂ ਆਉਂਦੀ ਨਹੀਂ 2-4 ਮਹੀਨੇ ਹੁਣ ਪਿੱਛੇ ਮੁਰਦਾ। ਹਾਂ ਖੂਆ ਮੁਰੇ ਖਾਈ ਉਹ ਗੱਲ ਖਾਈ ਉਹ ਕੰਮ ਹੋਇਆ ਪਿਆ ਉਹਦਾ ਤਾਂ ਚਲ ਹੁਣ ਤਾਂ ਠੀਕ ਹੈ ਉਹ ਤਾਂ ਠੀਕ ਆ ਠੀਕ ਹੀ ਹੋਣਗੇ ਮੈਂ ਕਿਹੜਾ ਪੁੱਛਿਆ ਫੋਨ ਲਾ ਕੇ ਪੁੱਛ ਤਾਂ ਲੈਂਦਾ ਉਹਦੇ ਕੰਮ ਲਗਾਉਂਦੀ ਸੀ ਕਹਿੰਦੇ ਕਿ ਬਾਹਲੀ ਡਾਊਨ ਜੀ ਆ ਕੇ ਕੋਈ ਸਾਹ ਜਾ ਡਾਊਨ ਕਿਉਂ ਠੀਕ ਹੋ ਕੇ ਉਹ ਅੰਮ੍ਰਿਤਸਰ ਵੀ ਜਾਇਆ ਹੀ ਤੂੰ ਡਾਊਨ ਹੋਰ ਵੀ ਇਹ ਬੁੜੀ ਨਹੀਂ ਟਿਕਦੀ ਅੰਮ੍ਰਿਤਸਰ ਜਾਣ ਬਗੈਰ ਵੀ ਤੂੰ ਪਹਿਲਾਂ ਕਮਾਚ ਗਈ ਸੀ ਆ ਹੁਣ ਜੇ ਇੱਥੇ ਕਮਾਚ ਜਾਈ ਕੌਣ ਭਾਲਦਾ ਉਹਨੂੰ ਪਤਾ ਨਹੀਂ ਕੀ ਵਧੀਆ ਕੋਮੇ ਹੁੰਦੀ ਨੇ ਲਾਲਚ ਨਾਲ ਸਹੀ ਗੱਲ ਆ ਆਧਾਰ ਕਾਰਡ ਕਾਹਦਾ ਚੱਲ ਪਿਆ ਨਾ ਚੱਕਦੀਆਂ ਨੇ ਅੰਮ੍ਰਿਤਸਰ ਨੂੰ ਹੋਰ ਕੋਈ ਰੁਪਿਆ ਨਹੀਂ ਲੱਗਦਾ ਹੁਣ ਦੇ ਲਾ ਬਠਿੰਡੇ ਤੋਂ ਗੰਗਾ ਨਗਰ ਜਾਓ 10 ਰੁਪਏ ਲੱਗਦੇ ਨੇ ਲੱਗਦੇ ਨੇ ਸਹੀ ਗੱਲ ਆਧਾਰ ਕਾਰਡ ਤੇ ਮੁੜ ਆਉਂਦੇ ਨੇ ਮੈਂ ਨਾ ਜਾਇਆ ਮਾ ਹਾਂ ਜਾਇਆ ਤੂੰ ਜਾਇਆ ਹਾਂ ਮੈਨੂੰ ਪਤਾ ਸੀ ਐ ਥੋੜੀ ਕਹਨੇ ਵੀ ਤੂੰ ਜਾਏ ਚੱਲ ਜਾਇਆ ਮੈਂ ਤਾਂ ਕਈ ਨਾ ਜਾਇਆ 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 ਰੋਕਿਆ ਤੈਨੂੰ ਮੈਂ ਫਿਰ ਤੂੰ ਪੈਸੇ ਵੀ ਦੇ ਦੇ ਐ ਕਹਦੇ ਵੀ ਆਪਾਂ ਦੋਨੇ ਆਧਾਰ ਕਾਰਡ ਹੈਗਾ ਤੇਰੇ ਤੇ ਫ੍ਰੀ ਆ ਮੇਰੇ ਤੇ ਪੈਸੇ ਲੱਗਣਗੇ ਨਾ ਮੇਰੇ ਤੇ 170 ਲੱਗਣੇ ਗੰਗਾ ਨਗਰ ਦੇ ਹਾਂ ਮਰ ਜਾਨੀ ਆ 170 ਨੂੰ ਰੋਂਦਾ ਐ ਤੂੰ ਚੱਲ ਜੇ ਕੰਮ ਐ ਫਿਰ ਜਾਣਾ ਤਾਂ ਪਊਗਾ ਹੀ ਕੰਮ ਉੱਥੇ ਕੀ ਆ ਹੁਣ ਤਾਂ ਮੈਨੂੰ ਕੀ ਕੰਮ ਹੋਣਾ ਬਾਰਡਰ ਨਾ ਭਾਈ ਡਰ ਲੱਗਦਾ ਉਹ ਤਾਂ ਗੋਲੀ ਮਾਰ ਦੇਣਗੇ ਨਹੀਂ ਨਹੀਂ ਚੱਲ ਤੂੰ ਚਾਹ ਬਣਾ ਯਾਰ ਨਾਲ ਮੈਂ ਤਾਂ ਚਾਹ ਬਣਾ ਕੇ ਦਿੰਨੀ ਆ ਹੋਰ ਲਿਆ ਚੂਰੀ ਕੁੱਟ ਕੇ ਖਾ ਕੇ ਦੇ ਹਾਂ ਉਹ ਤਾਂ ਚੂਰੀ ਸ਼ੱਕਰ ਪਈਏ ਸ਼ੱਕਰ ਲੈਂਦੀ ਬਿਨ ਕਲ ਰੰਗਰ ਵਾਲੀ ਕਿਹੜੀ ਜਾਂਦੀ ਆ ਉਹ ਬਿਨ ਰੰਗ ਵਾਲੀ ਅੱਛਾ ਲਾਲ ਜੀ ਵੀ ਰੰਗ ਵਾਲੀ ਸ਼ੱਕਰ ਸੋਹਣੀ ਲੱਗਦੀ ਆ ਆ ਜਿਹੜੀ ਬਿਨ ਰੰਗ ਜੇ ਹੁੰਦੀ ਆ ਨਾ ਉਹ ਤਾਂ ਹੁੰਦੀ ਆ ਪੀਲੀ ਪੀਲੀ ਕਾਲੀ ਹੁੰਦਾ ਉਹ ਰੰਗ ਤੋਂ ਬਗੈਰ ਵਧੀਆ ਹੁੰਦਾ ਹੋਰ ਉਹ ਤਾਂ ਚੂਰੀ ਵੀ ਨਹੀਂ ਸੋਹਣੀ ਲੱਗਦੀ ਅੱਖਾਂ ਨੂੰ ਚੱਕ ਕੇ ਖਾਣੀ ਆ ਮੈਨੂੰ ਵਧੀਆ ਲੱਗਦੀ ਤੂੰ ਚੱਲ ਸਵਾਦ ਵੱਖਰਾ ਆ ਖਾਣੀ ਐ ਅੱਖਾਂ ਨੂੰ ਸੋਹਣੀ ਵੀ ਲੱਗੇ ਚੀਜ਼ ਮੈਂ ਅੱਖਾਂ ਵਿੱਚ ਕੀ ਖਾ ਲੂਗਾ ਤੇਰੇ ਮੂਹਰੇ ਤਾਂ ਕੁਛ ਧਰਦੇ ਤੂੰ ਅੱਖਾਂ ਵਿੱਚ ਕੀ ਖਾਣੇ ਹੋਰ
ਮੈਂ ਤੇਰਾ ਤਾਂ ਫਿਰ ਚੂਰੀ ਕੁੱਟਣ ਦੀ ਕੀ ਲੋੜ ਹੈ? ਆਈ ਦਰਦਾ ਨਹੀਂ ਲਿਆ ਕੇ ਅੱਖਾਂ ਮੀਸ ਕੀ ਖਾਣਾ? ਚਮਚਾ ਵੱਧ ਪਾ ਦੀ ਹੋਰ ਵਿੱਚ ਥੋੜਾ ਮਿੱਠਾ ਸੋਡਾ ਪਾ ਦਨੀ ਹੈ। ਲੈ ਉਹ ਗੁੜ ਤਾਂ ਅੱਗੇ ਉਹ ਗਰਮ ਹੁੰਦੀ ਸ਼ੱਕਰ, ਤੂੰ ਮਿੱਠਾ ਸੋਡਾ ਪਾ ਜਾ ਮੈਂ। ਵੀ ਤੂੰ ਆਪੇ ਤਾਂ ਕਹੀ ਜਾਂਦਾ ਵੀ ਮੈਂ ਅੱਖਾਂ ਮੀਸ ਕੇ ਖਾ ਲੂੰਗਾ, ਹੋਰ ਫਿਰ ਮੈਂ ਹੁਣ ਕੀ ਕਰਾਂ? ਮਿੱਠਾ ਸੋਡਾ ਥੋੜੀ ਖਾਊਂਗਾ, ਪਤਾ ਤਾਂ ਲੱਗ ਜਾਊਗਾ ਮੈਂ ਮਿੱਠਾ ਸੋਡਾ ਕਿ ਸ਼ੱਕਰ ਆ ਗਈ। ਉਹ ਨੰਗ ਜਾ ਯਾਰ, ਪਰੇ ਹੋਰ ਹੀ ਮਾਰਦੀ ਐ ਭੈਣ। ਆਹੋ ਨੰਗ ਜਾ, ਤੂੰ ਤਾਂ ਸਾਰਾ ਨੱਕਾ ਕਾਇਆ ਰਹਿਣਾ ਜੇ ਤੇਰੇ ਸਾਰੇ ਬਿੰਦ। ਅੱਛਾ ਕਿ ਗੱਲਾਂ ਹੀ ਪੁੱਠੀਆਂ ਕਰਦੀਆਂ ਤੂੰ, ਤੇਰੇ ਸਾਰੇ ਮੈਨੂੰ ਤਾਂ ਬਿੰਦ ਨਾ ਕਰੇ ਰਹਿਣ ਦੇਵੇਂ ਤੂੰ। ਲੈ ਤੂੰ ਨਾ ਮੈਨੂੰ ਰਹਿਣ ਦੇਵੇਂ ਬੇ, ਤੂੰ ਤਾਂ ਮੈਨੂੰ ਕੱਢ ਕੇ ਨਾ ਯਾਰ ਟਕੜਾ ਜਾਨੀ ਆ ਹੁਣ ਸੇਤੀ ਜੀ ਵੀ ਕਾ ਕੇ ਬਹਿ ਗਿਆ। ਹੋਰ ਕੀ ਬੰਦੇ ਜੇ ਕਿਤੇ ਹੋਰ ਬਹਿ ਜੇ ਆ ਕੇ ਨਾ ਐ ਮਿੱਠੀਆਂ ਮਿੱਠੀਆਂ ਗੱਲਾਂ ਮਾਰਦਾ, ਫਿਰ ਤਾਂ ਐ ਮੂੰਹ ਸਮਾਰ ਸਮਾਰ ਗੱਲਾਂ ਕਰਦਾ, ਜੈਰੇ ਦੇ ਮੇਥੇ ਤਾਂ ਨਾ ਕਰੰਟ ਲੱਗਦਾ ਇਹਨੂੰ, ਜੈ ਚੀ ਫਾਇਦਾ ਇੱਥੇ ਕੋਈ ਹੋਰ ਆ ਕੇ ਨਾ ਦੇਖਿਆ ਹੱਸ ਹੱਸ ਗੱਲਾਂ ਕਰੂਗਾ। ਹੋਰ ਤੇਰੀ ਭੈਣ ਆ ਗਈ ਇੱਥੇ, ਭੈਣ ਆਉਂਦੀ ਤੇਰੀ ਭੈਣ ਦੇ ਨਾਲੇ ਹੋਰ ਸੁਣਦੇ ਆ ਗਾਲਾਂ, ਗਾਲਾਂ ਸੁਣਦੇ ਆ ਨੰਗ ਜਾ ਯਾਰ ਨੰਗ ਜਾ ਨਾਲੇ। ਉੱਥੋਂ ਮੈਨੂੰ ਦੇਖ ਲਾਂਦੇ ਜੇ ਕੋਈ ਆਈ ਨਾ ਤੇਰੇ ਕੋਲੇ ਬੈਠੀ ਇੱਥੇ ਆ ਕੇ ਬੇਲ ਨਾ ਸੋਥੋਂ ਹੀ ਛੱਡੂ ਸੌਂ ਲੱਗੇ, ਚਾਹੇ ਬੇਲ ਨਾ ਟੁੱਟ ਜਾਏ ਹੱਥ ਨੇ ਹੋਰ ਲਿਆਉਣਾ ਪੈ ਜੇ ਕੋਈ ਮੈਂਟਲ ਪੀਸ। ਅੱਜ ਕੀ ਗੱਲਬਾਤ ਹੋ ਗਈ? ਗੱਲਾਂ ਬਾਤਾਂ ਤਾਂ ਪਹਿਲਾਂ ਵਾਲੀਆਂ ਨਹੀਂ ਰਾਸ ਆਈਆਂ, ਅੱਜ ਨਵੀਂ ਕੀ ਆਉਣੀ ਆ? ਤੁਸੀਂ ਤਾਂ ਜਦੋਂ ਕਦੋਂ ਆਉਂਦੇ ਨਵੀਂ ਹੀ ਗੱਲ ਲੈ ਕੇ ਆਉਂਦੇ ਹੋ। ਸਾਡੇ ਨਾਲ ਤਾਂ ਹੋਈ ਮੈਡਮ ਜੀ ਉਹੀ ਕੰਮ ਜਾਂਦੇ ਨੇ, ਇਹਦੇ ਅਸੀਂ ਕਿਤੇ ਸੋਚੇ ਵੀ ਨਹੀਂ ਸੀਗੇ। ਨਾ ਹੁਣ ਕੀ ਹੋ ਗਿਆ? ਤੁਸੀਂ ਇੱਕ ਮੈਡਮ ਗੁੱਸਾ ਕਰੋ ਗੱਲ ਦਾ, ਤੁਹਾਡੀ ਵੀ ਨਾ ਕਹਿਣ ਅਤੇ ਕਰਨ 'ਚ ਬਹੁਤ ਫਰਕ ਆ। ਮੈਂ ਭੁੱਲ ਗਿਆ ਸੀਗਾ ਤੁਸੀਂ ਵੀ ਰਾਜਨੀਤਿਕ ਬੰਦੇ ਹੋ, ਮੈਂ ਐਵੇਂ ਗੱਲ ਕਰਦਾ ਸੀਗਾ ਵੀ ਤੁਹਾਨੂੰ ਕਹਿ ਰਿਹਾ ਵੀ ਸਾਡੀ ਰੀਜੋਇਨਿੰਗ ਕਰਵਾ ਦਿਓ ਕਰਵਾ ਦਿਓ, ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਟੈਨਸ਼ਨ ਨਾ ਲਓ ਅਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਹਜੇ ਟਾਈਮ ਲੱਗਣਾ ਅਤੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ। ਸਾਨੂੰ ਉਹਨਾਂ ਨੇ ਬੁਲਾ ਬੁਲਾ ਮੇਰੇ ਤਾਂ ਬੋਲ ਬਿਠਾ ਤਾ, ਉਹਨਾਂ ਨੇ ਇੰਨੀ ਇਨਕੁਆਇਰੀ ਹੁੰਦੀ ਹੈ ਮੇਰੇ ਤਾਂ ਰੋਜ਼ ਇੰਨਾ ਸਵਾਲ ਜਵਾਬ ਕਰਦੇ ਨੇ। ਫਿਰ ਕਾਹਲੀ ਕਾਹਦੀ ਹੈ, ਰੁਕ ਜਾਓ ਕੋਈ ਨਾ, ਆ 15 ਦਿਨ ਤਾਂ ਹੋਏ ਆ ਸਾਰੇ, ਇੱਕ ਮਹੀਨਾ ਤਾਂ ਕੱਢ ਲਓ, ਹੋ ਜਾਣੀ ਹੈ ਜੁਆਇਨਿੰਗ ਤਾਂ ਤੁਹਾਡੀ ਦੁਬਾਰੇ। ਮੈਡਮ ਅੱਧੀ ਤਨਖਾਹ ਨਾਲ ਕਿੱਥੇ ਨਜ਼ਾਰਾ ਹੁੰਦਾ ਜੀ, ਤੁਸੀਂ ਗੱਲ ਨੂੰ ਸਮਝਿਆ ਕਰੋ। ਅੱਧੀ ਤਨਖਾਹ ਉੱਧਰੋਂ ਮਿਲਦੀ ਹੈ ਤੇ ਜਿਹਨਾਂ ਨੇ ਖਰਚੇ ਨਾ ਖਾਧਾ ਹੋਵੇ ਚਮਚੇ ਨਾ ਕਾਹਨੂੰ ਖਾਧਾ ਜਾਂਦਾ, ਅੱਧੀ ਇੱਧਰੋਂ ਮਿਲ ਜਾਂਦੀ ਹੈ, ਉਹ ਕਰਛੀ ਸ਼ਰਤ ਤੋਂ ਵੱਡੇ ਕਰਛੇ ਨਾ ਖਾਈਏ ਤਾਂ ਵੀ ਨਹੀਂ ਮੁੱਕਦਾ। ਗੱਲ ਨਾ ਮੈਡਮ ਇਕੱਲੀ ਤਨਖਾਹ ਦੀ ਨਹੀਂ ਹੈਗੀ, ਬੰਦੇ ਦੀ ਮਾੜੀ ਮੋਟੀ ਕੋਈ ਇੱਜ਼ਤ ਵੀ ਹੋਣੀ ਚਾਹੀਦੀ ਆ, ਅਸੀਂ ਐਂ ਫਿਰੀ ਜਾਂਦੇ ਆ, ਪਤਾ ਸਾਨੂੰ ਕਿੰਨਾ ਔਖਾ ਲੱਗਦਾ ਹੈ, ਸਾਡਾ ਵੀ ਜੀ ਕਰਦਾ ਹੋਣਾ ਵੀ ਅਸੀਂ ਵਰਦੀ ਪਾ ਕੇ ਥਾਣੇ 'ਚ ਜਾਈਏ। ਦੇਖ ਰੀਤ, ਆ ਸਿਆਣੇ ਕਹਿੰਦੇ ਹੁੰਦੇ ਆ ਕਿੱਦੜਾਂ ਦੀ ਕਾਲੀ ਨਾ ਬੇਰ ਤਾਂ ਨਹੀਂ ਹੁੰਦੇ ਪੱਕਦੇ, ਬੇਰ ਤਾਂ ਨਾ ਆਪਦੇ ਸਮੇਂ ਦੀ ਪੱਕਦੇ ਆ ਰੁੱਤ ਸਿਰ ਆ ਕੇ। ਪਰ ਇੱਕ ਗੱਲ ਹੈਗੀ ਮੈਡਮ ਜੀ, ਜੇ ਗਿੱਦੜ ਚਾਹੁਣ ਤਾਂ ਨਾ ਬੇਰ ਤੋੜ ਕੇ ਤੂੜੀ 'ਚ ਦੱਬ ਸਕਦੇ ਆ, ਪੱਕਦਾ ਫੇਰ ਵੀ ਜਾਣਗੇ, ਇਹਦਾ ਮੁਹਾਵਰਾ ਜੀ ਚਾਹੇ ਐਵੇਂ ਬਣਾ ਲਓ ਕੱਲ ਤਾਂ ਉਹੀ ਆ। ਉਹ ਫੇਰ ਵੀ ਜਿਹੜੇ ਰੁੱਤ ਸਿਰ ਪੱਕੇ ਹੁੰਦੇ ਆ ਨਾ ਉਹਨਾਂ ਦਾ ਸਵਾਦ ਕੁਛ ਵੱਖਰਾ ਹੀ ਹੁੰਦਾ, ਆ ਤੂੜੀ 'ਚ ਦੱਬੇ ਹੋਏ ਦਾ ਉਹ ਸਵਾਦ ਨਹੀਂ ਹੁੰਦਾ। ਆਪਾਂ ਤਾਂ ਇਹਦਾ ਮਤਲਬ ਫਿਰ ਤੁਸੀਂ ਐਂ ਕਹਿੰਦੇ ਹੋ ਵੀ ਜਦੋਂ ਟਾਈਮ ਆਇਆ ਆਪਾਂ ਨੂੰ ਆਪਣੀ ਵਰਦੀ ਉੱਤੇ ਮਿਲ ਜਾਣੀ, ਮੈਂ ਉਹੀ ਗੱਲ ਮੈਂ ਤਾਂ ਕੋਈ ਫਾਇਦਾ ਨਾ ਹੋਇਆ ਸਾਨੂੰ, ਮੇਰਾ ਹਲੇ ਫਾਇਦਾ ਹੀ ਨਹੀਂ ਹੋਇਆ ਸਾਨੂੰ, ਜਦੋਂ ਸਾਡੀ ਵਰਦੀ ਨਹੀਂ ਸਾਡੇ ਕੋਲ ਆਈ ਕੀ ਫਾਇਦਾ ਹੋਇਆ? ਵਰਦੀ 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 ਤੋਤਾ ਰੱਟ ਇੱਕੋ ਹੀ ਲਾ ਰੱਖੀ ਹੈ। ਮੈਂ 100 ਦੀ ਇੱਕ ਸੁਣਾਤੀ ਵੀ ਤੁਸੀਂ ਕੁਛ ਚਿਰ ਰੁਕੋ, ਵਰਦੀ ਤਾਂ ਤੁਹਾਡੇ ਵਾਪਸ ਪਈ ਜਾਣੀ ਹੈ, ਕਿਉਂ ਐਵੇਂ ਵਰਦੀ ਦੇ ਮਗਰ ਪਏ ਹੋ? ਤੁਸੀਂ 3 ਦਿਨ ਕਿਹਾ ਸੀ, ਦੇਖ ਲਓ ਕਿੰਨੇ ਦਿਨ ਹੋ ਗਏ। 1 ਮਹੀਨਾ ਤਾਂ ਘੱਟੋ ਘੱਟ ਲੱਗਦਾ ਹੀ ਹੈ। ਉਹੀ ਤਾਂ ਗੱਲ ਆ ਮੈਡਮ ਜੀ, ਤਾਂ ਉਹ ਗੱਲ ਆ ਕਹਿੰਦੇ ਜਦੋਂ ਘੋੜਾ ਲਾਚਾਰ ਹੋ ਜਾਏ ਨਾ ਉਹਦੇ ਗੋਲੀ ਮਾਰ ਦਿੰਦੇ ਹੈਗੇ ਵੀ ਨਾ ਇਹ ਕਿਤੇ ਇੱਧਰ ਜਾ ਸਕੇ ਨਾ ਕਿਤੇ ਇੱਧਰ ਜਾ ਸਕੇ, ਆਪਣੀ ਤਾਂ ਉਹੀ ਗੱਲ ਆ ਜਿੰਨਾ ਟਾਈਮ ਆਪਾਂ ਕੰਮ ਲਿਆ ਤਾਂ ਸਭ ਠੀਕ ਸੀਗਾ। ਹੁਣ ਦੇਖ ਕਿਸੇ ਤਰ੍ਹਾਂ ਮੇਰੀ ਸੁਣ ਗੱਲ, ਇਹਦੇ ਵਿੱਚ ਕਸੂਰ ਮੇਰਾ ਨਹੀਂ, ਕਸੂਰ ਤੇਰਾ ਹੈ,
ਮਾੜਾ ਮੋਟਾ ਤਾਂ ਤੈਨੂੰ ਧਿਆਨ ਕਰਨਾ ਚਾਹੀਦਾ, ਇਹ ਵੀ ਤੈਨੂੰ ਮੈਂ ਦੱਸਿਆ ਕਰਾਂ ਵੀ ਤੂੰ ਕੰਮ ਕਿਵੇਂ ਕਰਨਾ। ਮੈਡਮ ਜੇ ਤੁਸੀਂ ਮੈਨੂੰ ਮੋਢੀ ਬਣਾਇਆ ਹੁੰਦਾ ਇਹ ਗੱਲ ਨੂੰ ਆਉਣੀ ਨਹੀਂ ਸੀਗਾ, ਤੁਸੀਂ ਕਰਮਜੀਤ ਦੇ ਹੱਥ ਫੜਾ ਤੀ ਸਾਰੀ ਗੱਲ, ਉਹਨੇ ਗਾਹਾਂ ਜੱਗਾ ਪੱਟ ਲਿਆ, ਜੱਗੇ ਨੂੰ ਗਾਹਾਂ ਨਾਲ ਲੈ ਗਿਆ ਤੇ ਸਾਰੀ ਵਾਰਦਾਤ ਨੂੰ ਐਂ ਗਲਤ ਹੋ ਗਈ। ਇਹਦਾ ਮਤਲਬ ਤੁਹਾਡਾ ਮੂੰਹ ਸਿਰ ਬੰਨ ਕੇ ਮੈਂ ਤੋਰਿਆ ਕਰਾਂ ਵੀ ਐਂ ਮੂੰਹ ਬੰਨ ਕੇ ਜਾਇਆ ਕਰੋ। ਮੈਡਮ ਇੰਨੀ ਤਾਂ ਤੁਹਾਡੇ ਵੀ ਫੇਜੇ ਚ ਅਕਲ ਹੋਣੀ ਚਾਹੀਦੀ ਹੈ। ਮੈਡਮ ਜੀ ਸਾਨੂੰ ਅਕਲ ਹੈਗੀ ਆ, ਮੈਂ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਆ ਮੇਰਾ ਕੋਈ ਕੰਮ ਕਦੇ ਫੇਲ ਗਈ ਨਹੀਂ। ਮੈਨੂੰ ਐਵੇਂ ਸੀ ਵੀ ਆਪਾਂ ਸਰਪੰਚ ਨੂੰ ਠੋਕਣਾ ਗਾ, ਜੇ ਕੋਈ ਮੂਹਰੇ ਆ ਉਹਨੂੰ ਵੀ ਠੋਕਿਆ ਵਾ, ਜੇ ਕੋਈ ਦੇਖੂਗਾ ਫੇਰ ਹੀ ਆ। ਗਾਰਡ ਸੀਗੇ ਜਿਹੜੇ ਮੈਂ ਹਟਵਾ ਦਿੱਤੇ ਸੀ ਅੱਗੋਂ, ਇੱਕ ਨਾਲ ਕੌਣ ਸੀ ਕੋਈ ਨਹੀਂ ਸੀ ਘਰੇ ਉਦਣ, ਪਰ ਜੱਗੇ ਨੇ ਆਹ ਕੀਤਾ ਤਾਂ ਕੰਮ ਖਰਾਬ ਹੋਇਆ। ਮੈਂ ਤਾਂ ਮੰਨਦੀ ਨਹੀਂ ਵੀ ਤੁਹਾਡੇ ਅਕਲ ਹੈਗੀ ਹੈ ਦਿਮਾਗ 'ਚ ਮਾੜੀ ਮੋਟੀ, ਕਿਉਂਕਿ ਆ ਪਹਿਲਾ ਕੰਮ ਸੀ, ਇਸੇ ਵਾਰੀ ਤੁਸੀਂ ਦੇਖ ਲਓ ਕੀ ਕੁਛ ਕਰਤਾ, ਝੁੱਗਾ ਚੌੜ ਆਪਦਾ ਹੀ ਕਰਵਾ ਲਿਆ। ਉਹ ਮੈਡਮ ਜੀ ਕਹਿੰਦੇ ਹੁੰਦੇ ਵੀ ਜਦੋਂ ਸਾਰੇ ਬੰਦੇ ਇੱਕ ਸੇਬ ਨਾ ਸਾਰੀ ਸੇਬਾਂ ਦੀ ਪੇਟੀ ਨੂੰ ਖਰਾਬ ਕਰ ਦਿੰਦਾ, ਉਹੀ ਗੱਲ ਆ। ਹੁਣ ਕੰਮ ਜੱਗੇ ਨੇ ਖਰਾਬ ਕੀਤਾ ਤੇ ਉਂਗਲ ਸਾਡੇ ਤੇ ਉੱਠ ਰਹੀ ਆ। ਉਹ ਫਿਰ ਉਹ ਸੇਬ ਨੂੰ ਚੱਕ ਕੇ ਬਾਹਰ ਕਿਉਂ ਨਾ ਸਿੱਟਿਆ ਜਿਹੜਾ ਖਰਾਬ ਕਰਦਾ ਸੀ? ਉਹ ਗਲੇ ਹੋਏ ਸੇਬ ਨੂੰ ਵੀ ਅੱਧੇ ਨੂੰ ਕੱਟਾਂਗੇ, ਚੰਗੇ ਚੰਗੇ ਨੂੰ ਵਰਤਾਂਗੇ ਤਾਂ ਰੱਖ ਰੱਖਿਆ ਗਾ। ਜਿਹੜਾ ਕੀੜਾ ਸੇਬ ਗਲਣ ਲੱਗ ਜੇ ਨਾ ਉਹਦੀ ਉਮੀਦ ਛੱਡ ਦੇ ਕਿ ਉਹ ਚੋਂ ਚੰਗਾ ਵੀ ਨਿਕਲੂਗਾ। ਮੈਂ ਤਾਂ ਇਹਨਾਂ ਨੂੰ ਬਥੇਰਾ ਸਮਝਾਇਆ ਵੀ ਇਹਨੂੰ ਚੱਕ ਕੇ ਬਾਹਰ ਮਾਰੋ, ਟੀਮ ਚੋਂ ਹਟਦੇ ਹੀ ਨਹੀਂ, ਪਤਾ ਨਹੀਂ ਕੀ ਇਹ ਚੱਕੇ ਚਾਹੇ ਜਾ। ਚਲੋ ਕੋਈ ਗੱਲ ਨਹੀਂ, ਉਹਨੂੰ ਤਾਂ ਆਪਾਂ ਜਦੋਂ ਜੀ ਕਰ ਆਪਾਂ ਕੱਢ ਹੀ ਦੇਣਾ। ਗੱਲ ਐਵੇਂ ਆ ਕਈ ਵਾਰ ਕੋਈ ਵੀ ਚੀਜ਼ ਇਹਨੇ ਫਾਲਤੂ 'ਚ ਸਿੱਟਣੀ ਚਾਹੀਦੀ, ਕਿਤੇ ਨਾ ਕਿਤੇ ਕੰਮ ਆ ਜਾਂਦੀ ਆ। ਹੁਣ ਜੇ ਕਿਤੇ ਆਪਣੇ ਤੋਂ ਕੱਲ੍ਹ ਨੂੰ ਗੱਲਬਾਤ ਆਉਂਦੀ ਆ ਜੀ ਉੱਪਰੋਂ ਜ਼ਿਆਦਾ ਪ੍ਰੈਸ਼ਰ ਆ, ਚੱਕ ਕੇ ਜੱਗੇ ਨੂੰ ਅੰਦਰ ਛੱਡ ਦਾਂਗੇ। ਕਰਮਜੀਤ ਹੈਗਾ ਆਪਣੇ ਦੋਨਾਂ ਦਾ ਫਾਇਦਾ ਹੀ ਆ ਉਹ ਤਾਂ। ਮੈਡਮ ਜੀ ਥੋੜ੍ਹਾ ਦਿਮਾਗ ਨਾਲ ਚੱਲੋ ਜੀ। ਮੈਂ ਤਾਂ ਦਿਮਾਗ ਨਾਲ ਹੀ ਚੱਲਦੀ ਹਾਂ, ਮੈਨੂੰ ਲੱਗਦਾ ਤੁਹਾਡਾ ਅੱਜ ਕੱਲ੍ਹ ਦਿਮਾਗ ਕੁਛ ਖਰਾਬ ਨਹੀਂ ਹੋਇਆ ਲੱਗਦਾ। ਨਾ ਨਾ ਜੀ, ਸਾਡਾ ਦਿਮਾਗ ਕਾਹਨੂੰ ਖਰਾਬ ਆ, ਸਾਡਾ ਥੋੜ੍ਹਾ ਦਿਮਾਗ ਜ਼ਿਆਦਾ ਚੱਲਦਾ, ਅਸੀਂ ਜ਼ਿਆਦਾ ਸੋਚਦੇ ਹਾਂ ਵੀ ਇੱਥੋਂ ਆਏ ਨਾ ਜੇ ਹੋਇਆ ਆਏ ਹੋ ਜੂਗਾ, ਜੇ ਆਏ ਨਾ ਹੋਇਆ ਤਾਂ ਇਹ ਹੋ ਹੀ ਜਾਊਗਾ। ਅਸੀਂ ਅੱਗੇ ਤੱਕ ਲੰਮੀ ਸੋਚਦੇ ਹਾਂ, ਪਰ ਤੁਹਾਨੂੰ ਐਵੇਂ ਵੀ ਸਾਡੇ ਕੋਲ ਪਾਵਰ ਆ, ਆਪਾਂ ਸਭ ਕੁਛ ਕਰ ਸਕਦੇ ਹਾਂ, ਸਾਡੀ ਹੁਣ ਪਾਵਰ ਰਹੀ ਨਹੀਂ, ਅਸੀਂ ਤਾਂ ਕਰਕੇ ਸੋਚਦੇ ਹਾਂ। ਦੇਖ ਸੀ ਟਰਮ ਚੱਲਣਾ ਤਾਂ ਹਿਸਾਬ ਨਾਲ ਹੀ ਪਊਗਾ, ਇਹ ਦਿਮਾਗ ਜ਼ਿਆਦਾ ਚਲਾ ਕੇ ਕੰਮ ਨਹੀਂ ਬਣਦੇ ਹੁੰਦੇ, ਵਾਧੂ ਨਾ ਸੋਚਣਾ ਵੀ ਮਾੜਾ ਹੁੰਦਾ, ਹਿਸਾਬ ਸਿਰ ਦਾ ਹੀ ਸੋਚੀਦਾ ਹੁੰਦਾ। ਮੈਡਮ ਗੱਲ ਤਾਂ ਉਹੀ ਹੈ ਜੀ, ਇਹ ਗੱਲ ਤਾਂ ਮੈਨੂੰ ਵੀ ਪਤਾ ਕਿ ਚੱਲਣਾ ਤਾਂ ਆਪਾਂ ਨੂੰ ਸਿਸਟਮ ਨਾਲ ਹੀ ਪੈਣਾ, ਜੇ ਸਿਸਟਮ ਜਾਊਗਾ ਤਾਂ ਸਾਨੂੰ ਲਾ ਸਕਦਾ, ਨਹੀਂ ਤਾਂ ਫਿਰ ਦੇਖੋ ਤੁਹਾਨੂੰ ਪਤਾ ਹੀ ਹੈ ਨਾ। ਫਿਰ ਹੁਣ ਮੇਰੇ ਤੋਂ ਵੱਧ ਸੋਚ ਕੇ ਫਿਰ ਕਰ ਲਿਆ ਕੰਮ ਆਪਦੇ ਆਪ। ਲੈ ਮੈਡਮ ਜੀ ਹੈ ਤੁਹਾਡੇ ਤੁਹਾਡੇ ਕੰਮ ਦੀ ਤਾਂ ਸਾਨੂੰ ਸੋਚ ਆ, ਇਹਨੂੰ ਅਸੀਂ ਸੋਚਦੇ ਹਾਂ, ਪਰ ਹੈ ਸੀ ਤੁਹਾਡੇ ਨਾਲ ਹੀ ਆ। ਮੈਂ ਤਾਂ ਦੇਖ ਇੱਕ ਕੰਮ ਦਿੱਤਾ ਸੀ ਤੁਹਾਨੂੰ, ਉਹ ਵੀ ਤੁਸੀਂ ਪੂਰ ਨਹੀਂ ਕਰੇ। ਤੁਸੀਂ ਮੈਡਮ ਵਿੱਚ ਤੁਹਾਡੇ ਨਾਲ ਜਿਆਦੀ ਕਾਲੇ ਸਾਨੂੰ ਆ, ਮੈਨੂੰ ਐ ਲੱਗਦਾ ਕਿਤੇ ਰੀਤ ਪੱਖ ਤਾਂ ਨਹੀਂ ਪੂਰਦੀ ਜਿਹੜਾ ਕੰਮ ਹੋਈ ਨਹੀਂ ਰਿਹਾ। ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਨਹੀਂ ਨਹੀਂ ਮੈਂ ਕਿਉਂ ਪੱਖ ਪੂਰਨਾ ਉਹਨਾਂ ਦਾ, ਇਹ ਜੀ ਗੱਲ ਨਹੀਂ ਹੋ ਸਕਦੀ, ਮੈਂ ਨਹੀਂ ਮੰਨਦਾ। ਤੂੰ ਨਹੀਂ ਮੰਨਦਾ ਕਿ ਸੀ ਟਰਮ, ਮੈਂ ਸੋਚਦੀ ਆ ਇਹ ਗੱਲ ਵੀ ਐਡਾ ਕੋਈ ਸਰਪੰਚ ਉੜਦਾ ਪਰਿੰਦਾ ਤਾਂ ਹੈ ਨਹੀਂ ਸੀ ਵੀ ਉੱਪਰ ਦੀ ਲੰਘ ਜਾਂਦਾ ਉੱਪਰ ਦੀ ਆ ਕੇ ਘਰੇ ਵੜ ਜਾਂਦਾ। ਨਹੀਂ ਨਹੀਂ ਜੀ ਤੁਸੀਂ ਗਲਤ ਕਹਿ ਰਹੇ ਹੋ, ਜਿਹੜਾ ਸਰਪੰਚ ਹੈ ਨਾ ਮੁਰਗੇ ਵਰਗਾ, ਡਾਰੀਆਂ ਵੀ ਮਾਰਦਾ ਉੜਦਾ ਵੀ ਹੈ ਅਤੇ ਥੱਲੇ ਵੀ ਭੱਜਦਾ, ਉਹ ਦੋਵੇਂ ਕੰਮ ਹੀ ਜਾਣਦਾ। ਫਿਰ ਤੈਨੂੰ ਇਹ ਵੀ ਪਤਾ ਹੋਣਾ ਵੀ ਮੁਰਗਾ ਤਾਂ ਸਿਰਫ 5-7 ਸਕਿੰਟ ਹੀ ਉੱਡ ਸਕਦਾ, ਉਹ ਦੂਰ ਹੁੰਦਾ ਗਾ। ਫਿਰ ਸਹੀ ਗੱਲ ਹੈ, ਇਹ ਤਾਂ ਹੈ, ਉਹ ਇੱਕ ਗੱਲ ਇਤਿਹਾਸ ਗਵਾਹ ਵੀ ਹੈਗਾ। ਕਹਿੰਦੇ ਜਿਹੜਾ ਬੰਦਾ ਹੋਕਾ ਦਿੰਦਾ ਜਿਵੇਂ ਮੁਰਗਾ ਸਵੇਰੇ ਸੁਨੇਹਾਂ ਸਾਨੂੰ ਦਿੰਦਾ ਵੀ ਉੱਠੋ, ਹਮੇਸ਼ਾ ਲਟਕੇ ਹੀ ਹੈ ਜਾਂ ਕੱਟਿਆ ਗਿਆ ਹੈਗਾ, ਉਹੀ ਗੱਲ ਸਰਪੰਚ ਦੀ ਹੈ, ਇਹ ਵੀ ਸਾਨੂੰ ਜਾਗਰੂਕ ਕਰਦਾ ਅਤੇ ਲੋਕਾਂ ਦੇ ਚੰਗੇ ਕੰਮ ਕਰਦਾ, ਇਹਦਾ ਵੱਡਣਾ ਤਾਂ ਬਣਦਾ ਹੀ ਆ। ਜਦੋਂ ਇਹਨੇ ਸਾਰੀ ਦੁਨੀਆ ਜਾਗਰੂਕ ਕਰਤੀ ਉਦੋਂ ਠੋਕੋਗੇ ਇਹਨੂੰ? ਤੁਸੀਂ ਟੈਨਸ਼ਨ ਫ੍ਰੀ ਰਹੋ, ਬਸ ਥੋੜ੍ਹੇ ਦਿਨ ਹੀ ਆ,
ਜੇ ਨਾ ਤਾਂ ਨਾ ਸਰਪੰਚ ਮਾਰਿਆ ਗਿਆ ਨਾ, ਮੈਂ ਆਪਦੇ ਹੱਥ ਨਾਲ ਮਾਰੂੰਗੀ। ਫਿਰ ਪਹਿਲਾਂ ਸਰਪੰਚ ਦਾ ਪੱਤਾ ਸਾਫ ਕਰਕੇ ਆ, ਫਿਰ ਆਈ ਦੁਬਾਰੇ ਆਏਗੀ ਜਿੱਥੇ। ਮੈਂ ਤਾਂ ਮੈਡਮ ਤੁਹਾਡੀਆਂ ਮਿੰਨਤਾਂ ਕਰ ਰਿਹਾ ਜੀ, ਨਹੀਂ ਮਿੰਨਤਾਂ ਦੇਖੋ ਇੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ, ਮੈਂ ਤਾਂ ਕਿਸੇ ਮਿੰਨਤਾਂ ਹੀ ਨਹੀਂ ਕੀਤੀਆਂ ਸੀਗੀਆਂ। ਤੁਸੀਂ ਜੇ ਕੰਮ ਕਰਨ ਦਾ ਦੇਖ ਲਓ, ਨਹੀਂ ਜਵਾਬ ਦੇ ਦਿਓ, ਹੋਰ ਕੀ ਆ ਜਵਾਬ। ਜਾਂ ਫਿਰ ਹੋਰ ਤੋਂ ਕਰਾ ਲਿਆ ਜੀ ਤੂੰ ਕਰਾਉਣਾ। ਉਹ ਮੈਡਮ ਜੀ ਐਂ ਨਹੀਂ ਕਹਿੰਦੇ ਹੈਗੇ, ਤੁਹਾਨੂੰ ਪਤਾ, ਤੁਹਾਨੂੰ ਮੈਂ ਦੱਸੀ ਜਾਂਦਾ ਗਾ, ਪਹਿਲਾਂ ਆਪਾਂ ਜਿੰਨੇ ਵੀ ਕੰਮ ਕੀਤੇ ਰਲ ਮਿਲ ਕੇ ਕੀਤੇ ਸਾਰੇ ਸਹੀ ਹੋਇਆ, ਹੁਣ ਜਦੋਂ ਇੱਕ ਅੱਧਾ ਕੰਮ ਗਲਤ ਹੋਇਆ ਆਟੋਮੈਟਿਕ ਅੰਦਰੋਂ ਗੱਲ ਨਿਕਲਦੀ ਆ ਵੀ ਜਾਂ ਤਾਂ ਹੋ ਜਾਊਗਾ ਜਾਂ ਜਵਾਬ ਦੇ ਦਿਓ। ਆਪਾਂ ਤਾਂ ਸ਼ੁਰੂ ਤੱਕ ਦੋ ਕੰਮ ਹੀ ਵਰਤੇ, ਕੰਮ ਕਰਦੇ ਹੋ ਨਾ ਹੀ ਜਵਾਬ ਦਿੰਦੇ ਹੋ, ਤੁਸੀਂ ਤਾਂ ਅੱਧ ਵਿਚਾਲੇ ਲਟਕਾਇਆ ਹੋਇਆ। ਚੱਲ ਫਿਰ ਤੁਹਾਡੇ ਵਾਲੀ ਗੱਲ ਮੰਨ ਲੈਂਦੇ ਹਾਂ ਵੀ ਚੱਲ ਮੈਂ ਜਵਾਬ ਦਿੱਤਾ ਤੁਹਾਨੂੰ, ਤੁਸੀਂ ਜਾਓ ਜੀ ਦੇ ਕੋਲ ਜਾਣਾ। ਚਲੋ ਠੀਕ ਹੈ ਜੀ, ਅਸੀਂ ਭੱਗ ਜਾਂਦੇ ਹਾਂਗੇ, ਚਲੋ ਤੁਹਾਡਾ ਕੰਮ ਵਿਚਾਲੇ ਰਹਿ ਜੀ, ਹੋਰ ਕੀ ਆ ਹਨਾ। ਚਲੋ ਦੇਖ ਕਿਸੇ ਤਰ੍ਹਾਂ, ਆ ਕਹਾਵਤ ਇੱਕ ਹੋਰ ਵੀ ਹੈ ਵੀ ਗੱਡਾ ਨਾ ਕੁੱਤੇ ਦੇ ਸਾਰੇ ਨਹੀਂ ਚੱਲਦਾ, ਬਲਦ ਹੀ ਖਿੱਚਦੇ ਹੁੰਦੇ ਗੱਡੇ ਨੂੰ। ਉਹ ਤਾਂ ਹੈਗਾ, ਪਰ ਤੁਹਾਡੇ ਕੋਲ ਬਲਦ ਤਾਂ ਕੋਈ ਹੈ ਹੀ ਨਹੀਂ, ਕਿਉਂਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਸਾਡੇ ਦੋਨਾਂ ਤੋਂ ਵਧੀਆ ਕੰਮ ਕੋਈ ਹੋਰ ਕਰ ਨਹੀਂ ਸਕਦਾ। ਪਰ ਇੱਕ ਗੱਲ ਹੈਗੀ ਹੈ ਮੈਡਮ, ਜਿਹੜਾ ਕੁੱਤਾ ਨਾਲ ਬੰਨੇ ਹੁੰਦਾ ਨਾ, ਚਾਹੇ ਤਾਂ ਬਲਦ ਨੂੰ ਕੱਟ ਕੇ ਥਾਂ ਢੇਰੀ ਕਰ ਸਕਦਾ, ਚੱਲਦਾ ਸਭ ਕੁੱਤੇ ਦੇ ਹਿਸਾਬ ਨਾਲ ਹੀ ਹੁੰਦਾ। ਨਹੀਂ ਕੁੱਤੇ ਦੇ ਹਿਸਾਬ ਨਾਲ ਅੱਜ ਤੱਕ ਗੱਡਾ ਚੱਲਿਆ ਨਹੀਂ, ਪਰ ਜਿਹੜੀ ਗੱਲ ਕਹਿੰਦੀ ਤੂੰ ਬਲਦਾਂ ਵਾਲੇ, ਇਹ ਤਾਂ ਨਵੇਂ ਬੱਚੇ ਜਦ ਮਰਜ਼ੀ ਚਾਲੂ ਕੱਢ ਲੈ। ਤੁਸੀਂ ਗੱਲ ਨਹੀਂ ਸਮਝ ਰਹੇ, ਬਲਦ ਚਾਹੇ ਇਹ ਕਹਾਵਤ ਤੇ ਚੰਗਾ ਕਹਾ ਰਿਹਾ, ਪਰ ਇਹ ਵੀ ਗੱਲ ਦੇਖੋ ਕੁੱਤਾ ਕਿੰਨਾ ਆਰਾਮ ਨਾਲ ਹੈ, ਕੁੱਤੇ ਨੇ ਤਾਂ ਆਰਾਮ ਨਾਲ ਥੱਲੇ ਚੱਲਣਾ, ਬਲਦ ਨੇ ਕੀ ਖੱਟਿਆ, ਇੰਨਾ ਭਾਰ ਟੋ ਰਿਹਾ, ਨਾਲੇ ਤਾਂ ਕਿਤੇ ਨਾ ਨਹੀਂ ਹੈਗਾ, ਕੁੱਤਾ ਤਾਂ ਫੇਰ ਵੀ ਸਹੀ ਆਪਦੀ ਥਾਂ ਤੇ। ਮੈਨੂੰ ਐਂ ਲੱਗਦਾ ਵੀ ਕੁੱਤਿਆਂ ਵਾਲੀ ਗੱਲ ਤੁਸੀਂ ਨੇ ਫੜ ਰੱਖੀ ਹੈ, ਕਿਉਂਕਿ ਆਪਦੀ ਜਗ੍ਹਾ ਤੇ ਸਹੀ ਪੱਖ ਸਾਰਾ ਦਿਨ ਸਰਪੰਚ ਦਾ ਪੂਰੀ ਜਾਂਦੀ। ਉਹ ਨਹੀਂ ਨਹੀਂ ਮੈਡਮ ਜੀ, ਅਸੀਂ ਪਹਿਲਾਂ ਮੈਡਮ ਦਾ ਪੱਖ ਕਿਉਂ ਪੂਰਨਾ, ਅਸੀਂ ਤਾਂ ਐਂ ਕਹਿੰਦੇ ਆ। ਫਿਰ ਕੰਮ ਹੋਇਆ ਕਿਉਂ ਨਹੀਂ, ਤੁਸੀਂ ਆਪਦਾ ਕੰਮ ਤਾਂ ਮੂਹਰੇ ਰੱਖੀ ਬੈਠੇ ਹੋ ਤੇ ਸਾਡਾ ਕੰਮ ਤੁਹਾਡੇ ਯਾਦ ਵੀ ਨਹੀਂ ਹੈਗਾ, ਜਿੰਨੀ ਤੁਹਾਡੀ ਪਾਵਰ ਆ ਨਾ ਤੁਸੀਂ ਮਿੰਟਾਂ ਸਕਿੰਟਾਂ ਨਾਲ ਕੰਮ ਕਰਵਾਉਣਾ ਸੀਗਾ। ਫਿਰ ਆਹੀ ਤਾਂ ਮੈਂ ਸੁਣਨਾ ਚਾਹੁੰਦੀ ਹਾਂ ਸੋਤੋਂ ਵੀ ਤੁਸੀਂ ਐਸਤ ਕਰੋ ਤੇ ਐਸਤ ਭਰੋ, ਮੇਰੇ ਸਾਹਮਣੇ ਸਬੂਤ ਲਿਆਓ ਇੰਨੇ ਚਿਰ 'ਚ ਤੁਹਾਡੇ ਵਰਦੀ। ਇਹ ਤਾਂ ਮੈਡਮ ਜੀ ਮੈਂ ਤੁਹਾਡੇ ਨਾਲ ਇਹ ਮੁਹਾਵਰਾ ਵਰਤੀ ਨਾ, ਨਹੀਂ ਮੈਂ ਤਾਂ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਨਾ ਐਂ ਕਰਦਾ ਰਿਹਾ, ਐਸਤ ਭਰੋ ਤੇ ਐਸਤ ਕਰੋ, ਵੀ ਪਹਿਲਾਂ ਪੈਸੇ ਲਿਆਓ ਬਾਅਦ 'ਚ ਕੰਮ ਕਰਾਓ। ਉਹ ਪੈਸੇ ਤਾਂ ਬਹੁਤ ਚਿਰ ਦੇ ਜਾ ਰਹੇ ਨੇ ਤੁਹਾਡੇ ਕੋਲ, ਪੈਸੇ ਤਾਂ ਮੈਂ ਤੁਹਾਡੀ ਔਕਾਤ ਤੋਂ ਵੱਧ ਦੇ ਚੁੱਕੀ ਤੁਹਾਨੂੰ। ਚਲੋ ਮੰਨ ਲੈਂਦਾ ਜੀ ਵੀ ਸਾਡੀ ਔਕਾਤ ਤੋਂ, ਪਰ ਤੁਸੀਂ ਕਰਮ ਜੀ ਦੀ ਔਕਾਤ ਤੋਂ ਵੱਧ ਦਿੱਤੇ ਆ, ਕਿਉਂਕਿ ਅੱਗੇ ਪਹਿਲਾਂ ਉਹ ਸੀਗਾ, ਹੁਣ ਰਹੀ ਗੱਲ ਮੇਰੀ, ਹੁਣ ਜਿਹੜਾ ਇਹਦੂ ਬਾਅਦ ਕੰਮ ਹੋਣਾ ਤੁਸੀਂ ਉਹਦੇ ਮੇਰੇ ਉਂਗਲ ਉਠਾ ਸਕਦੇ ਹੋ, ਵੀ ਕਿਸੇ ਤਰ੍ਹਾਂ ਤੂੰ ਗਲਤੀ ਕਰਤੀ, ਉਹਦਾ ਕਰਮਜੀਤ ਨੇ ਕਿਹਾ ਸੀ ਉਹਨੇ ਬੰਦਾ ਭਾਲਿਆ, ਉਹਦੇ ਕਰਕੇ ਕੰਮ ਖਰਾਬ ਹੋਇਆ। ਫਿਰ ਹੁਣ ਇਹ ਤਾਂ ਮੈਂ ਤੈਨੂੰ ਜ਼ਿੰਮੇਵਾਰੀ ਦੇ ਚੁੱਕੀ ਨਾ ਵੀ ਤੂੰ ਕੰਮ ਕਰ ਭਾਈ, ਤੂੰ ਕਰ ਕੰਮ। ਤੂੰ ਕੀ ਕੀਤਾ, ਇੱਕ ਸਰਪੰਚ ਕੀ ਚੀਜ਼ ਆ ਉਹ? ਉਹ ਚੀਜ਼ ਤਾਂ ਜੀ ਕੁਛ ਵੀ ਨਹੀਂ ਹੈਗੀ, ਉਹ ਹੁਣ ਤਾਂ ਨਾ ਅਸੀਂ ਕਿੜੀ ਮੂੰਹ ਮਸਲ ਲਾਂਗੇ ਜਦੋਂ ਮਸਲ ਤੇ ਆ ਗਏ। ਫਿਰ ਮਸਲਿਆ ਤਾਂ ਨਹੀਂ ਨਾ, ਮਸਲ ਕੇ ਦਿਖਾ, ਆ ਜਾ ਮੇਰੇ ਕੋਲ ਮਸਲ ਕੇ। ਪਰ ਹਾਂ ਧਿਆਨ ਨਾਲ, ਇਹ ਨਾ ਹੋਵੇ ਕਿ ਅੱਧੀਆਂ ਚੀਜ਼ਾਂ ਉੱਥੇ ਛੱਡਿਆ ਆ, ਆ ਮੂੰਹ ਨੰਗਾ ਕਰਕੇ ਵੱਗ ਗਿਆ। ਅੱਜ ਕੱਲ੍ਹ ਨਾ CCTV ਕੈਮਰੇ ਪੈਰ ਪੈਰ 'ਤੇ ਲੱਗੇ ਆ। ਉਹ ਤੁਸੀਂ ਟੈਨਸ਼ਨ ਨਾ ਲਓ, ਇਹ ਵੀ ਅਸੀਂ ਹੱਲ ਕਰਕੇ ਗਏ ਸੀਗੇ, ਕਰਮਜੀਤ ਤਾਂ ਕਹਿੰਦੇ ਸੀ ਰਹਿਣ ਦੇ, ਅਸੀਂ ਫਿਰ ਵੀ ਉਹਨਾਂ ਦੇ ਘਰ ਦੇ ਜਦੋਂ ਮਗਰ ਦੀ ਆਇਆ ਨਾ, ਉਹਨਾਂ ਦੇ ਟਰਾਂਸਫਰ ਦੀ ਮੇਨ ਸੁੱਚ ਕੱਟਦੀ ਸੀਗੀ, ਮੈਨੂੰ ਪਤਾ ਸੀ ਤੇ CCTV ਕੈਮਰੇ ਆ, ਮੈਨੂੰ ਇੰਨਾ ਟਾਈਮ ਹੋ ਗਿਆ ਇਹਨਾਂ ਦੇ ਘਰੇ ਆਉਂਦੇ ਨੂੰ, ਮੈਨੂੰ ਉਹਨਾਂ ਦੇ ਘਰ ਦੇ ਕੋਨੇ ਕੋਨੇ ਦਾ ਪਤਾ, ਕਿਹੜਾ ਕੈਮਰਾ ਕਿੱਥੋਂ ਤੱਕ ਮਾਰ ਕਰਦਾ ਕਿੱਥੇ ਨਹੀਂ ਪਤਾ, ਦੀਦਾ ਮਤਲਬ ਕੈਮਰੇ 'ਚ, ਮੈਨੂੰ ਤਾਂ ਇਹ ਗੱਲ ਦਾ ਵੀ ਪਤਾ ਗਾ, ਪਤਾ ਤਾਂ ਸਭ ਕੁਛ ਆ। ਇਸੇ ਲਈ ਤਾਂ ਤੈਨੂੰ ਚੁਣਿਆ ਕਿਸੇ ਤਰ੍ਹਾਂ ਮਾਂ, ਉਹ ਗੱਲ ਤਾਂ ਮੈਂ ਜ਼ਿੰਮੇਵਾਰੀ ਵੀ ਤੈਨੂੰ ਸਮਾਈ ਹੈ। ਬਸ ਫਿਰ ਤੁਹਾਡਾ ਮੈਂ ਮਾਣ ਟੁੱਟਣ ਨਹੀਂ ਦਿੰਦਾ, ਤੁਸੀਂ ਬਸ ਸਾਡਾ ਆ ਜੁਆਇਨਿੰਗ ਵਾਲਾ ਕੰਮ ਜਲਦੀ ਕਰਵਾਓ। ਕੋਈ ਗੱਲ ਨਹੀਂ, ਤੈਨੂੰ ਮੈਂ ਕਿਹਾ ਵੀ ਹਾਲੇ ਤਾਂ 15 ਦਿਨ ਹੀ ਲੰਘੇ ਆ, ਹਾਂ
ਤੋਰੀ ਫੁਲਕਾ ਤੇਰਾ ਚੱਲਦਾ ਖੜਦਾ ਤਾਂ ਨਹੀਂ, ਸਹੀ ਗੱਲ ਆ, 15 ਕੁ ਦਿਨ ਦੀ ਹੋਰ ਵੇਟ ਕਰ ਲਓ ਬਸ। ਹਾਂ ਇਹ ਤਾਂ ਗੱਲ ਹੈਗੀ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਘਸੀਟਾ ਰਾਮ ਜੀ। ਬਹਿ ਜਾਓ ਬਹਿ ਜਾਓ। ਟਾਈਮ ਕੀ ਹੋ ਗਿਆ? ਟਾਈਮ ਮੇਰੇ ਕੋਲ ਤਾਂ ਫੋਨ ਤੇ 11 ਵਜ ਗਏ ਜੀ, 2 ਮਿੰਟ ਅੱਗੇ ਰੱਖਦਾ ਫੋਨ ਨੂੰ ਤੇ ਅਸੀਂ ਤੇ 9 ਵਜੇ ਬੁਲਾਇਆ ਸੀ। ਉਹ ਚਲੋ ਕੋਈ ਨਾ ਜੀ, ਇੱਥੇ ਸਟਾਫ ਦਾ ਵੈਸੇ ਵੀ 10-15 ਮਿੰਟ ਲੇਟ ਹੋ ਹੀ ਜਾਂਦਾ, ਉਹਦੀ ਗੱਲ ਤਾਂ ਕੋਈ ਕਰਦਾ ਨਹੀਂ। ਤੁਸੀਂ ਦੱਸੋ, ਤੁਸੀਂ ਇਨਕੁਆਇਰੀ ਸ਼ੁਰੂ ਕਰੋ। ਹਾਂ ਹਾਂ ਕਰਦੇ ਹਾਂ ਜੀ। ਤੁਹਾਡਾ ਹੁਕਮ ਕਿਵੇਂ ਮੋੜ ਸਕਦੇ ਅਸੀਂ? ਹਾਂ ਨਾਲੇ ਜੱਗੇ ਨੂੰ ਕਿਵੇਂ ਜਾਣਦੇ ਹੋ ਤੁਸੀਂ? ਜੱਗਾ? ਹੂੰ ਕੌਣ ਜੱਗਾ? ਜਿਹਦੀ ਜ਼ਮੀਨ ਦਾ ਰੌਲਾ ਸੀ। ਜ਼ਮੀਨ ਦਾ ਰੌਲਾ? ਹੂੰ ਸਾਡੇ ਨਾਲ ਤਾਂ ਕਿਸੇ ਦਾ ਕੋਈ ਰੌਲਾ ਹੀ ਨਹੀਂ। ਉਹਦਾ ਸੀ ਨਾ ਆਪਣੇ ਭਰਾ ਨਾਲ ਰੌਲਾ, ਤੂੰ ਜਾਣਦਾ ਹੀ ਹੋਵੇਂਗਾ ਜੱਗੇ ਨੂੰ। ਫਿਰ ਰੌਲਾ ਜੇ ਤੁਸੀਂ ਗੱਲ ਕਰਦੇ ਹੋ ਰੌਲੇ ਦੀ, ਫਿਰ ਸਰਪੰਚ ਸਾਹਿਬ ਨਾ ਹੋਣਾ, ਉਹਦਾ ਮੇਰੇ ਨਾਲ ਤਾਂ ਕੋਈ ਤਾਲੁਕਾਤ ਹੈ ਨਹੀਂ। ਚੱਲ ਮੰਨ ਰਹਿੰਦੇ ਮੈਂ ਜੱਗੇ ਨੂੰ ਨਹੀਂ ਜਾਣਦਾ ਜੀ। ਇਹਦਾ ਮਤਲਬ ਫਿਰ ਤਾਂ ਤੂੰ ਕਰਮਜੀਤ ਨੂੰ ਵੀ ਨਹੀਂ ਜਾਣਦਾ? ਹਾਂਜੀ ਮੈਂ ਕਰਮਜੀਤ ਨੂੰ ਜਾਣਦਾ ਜੀ। ਆਹੋ ਜਾਣਦਾ ਹੀ ਹੋਵੇਗਾ, ਜਦੋਂ ਕਰਮਜੀਤ ਹਮਲਾ ਕਰਨਗੇ ਫਿਰ ਨਾਲ ਹੀ ਹੋਵੇਗਾ। ਹੋ ਉਹ ਐ ਨਹੀਂ ਜੀ, ਐਵੇਂ ਨਹੀਂ ਹਮਲੇ 'ਚ ਨਹੀਂ ਮੈਂ ਗੱਲ ਕਰਦਾ ਹੈਗਾ, ਮੈਂ ਗੱਲ ਐਵੇਂ ਕਰਦਾ, ਪਹਿਲਾਂ ਮੈਂ ਡਿਊਟੀ ਦੇ ਵਿੱਚ ਇਹਦੇ 'ਤੇ ਪਰਚਾ ਬਣਾ ਕੇ ਪਾਇਆ, ਪਰਚਾ ਪਾਇਆ ਸੀਗਾ ਮਤਲਬ। ਅੱਛਾ ਹਾਂ ਪਹਿਲਾਂ ਕਿਸ ਮੇਰੇ ਕੋਲ ਸੀ, ਮੈਂ ਤਾਂ ਕਰ ਜਾਣਦਾ, ਨਹੀਂ ਪਰਸਨਲੀ ਮੇਰਾ ਉਹਦੇ ਨਾਲ ਕੋਈ ਉਹ ਨਹੀਂ ਹੈਗਾ। ਹਾਂਜੀ ਅੱਛਾ ਹੁਣ ਐਂ ਦੱਸ ਕਿ ਟਰਾਂ ਵੀ ਸਰਪੰਚ ਨਾਲ ਤੇਰੀ ਕੀ ਦੁਸ਼ਮਣੀ ਆ? ਸਰਪੰਚ ਨਾਲ? ਨਹੀਂ ਜੀ ਸਰਪੰਚ ਨਾਲ ਤਾਂ ਮੇਰੀ ਕੋਈ ਦੁਸ਼ਮਣੀ ਨਹੀਂ, ਤੁਸੀਂ ਗੱਲ ਨੂੰ ਸਮਝੋ, ਸਰਪੰਚ ਜੀ ਮੇਰੇ ਤੇ ਖਾਰ ਖਾਂਦਾ ਗਾ। ਕਿਉਂ ਕਾਹਤੋਂ ਖਾਂਦਾ? ਉਹਨਾਂ ਨੂੰ ਐਵੇਂ ਆ ਕਿ ਮੈਂ ਰੀਤ ਨਾਲ ਵਿਆਹ ਕਰਵਾ ਲਿਆ, ਹੁਣ ਰੀਤ ਮੈਡਮ ਕਿਹੜਾ ਉਹ ਸੀਗੇ ਸ਼ੌਂਕ ਨੂੰ ਕਰਵਾ, ਉਹ ਵੀ ਮਜਬੂਰ ਸੀਗੇ। ਇਹੀ ਜੀ ਕਿਹੜੀ ਮਜਬੂਰੀ ਸੀ? ਹੁਣ ਸਰਪੰਚ ਸਾਹਿਬ ਤੇ ਕਿੰਨੇ ਹਮਲੇ ਹੋਏ ਨੇ, ਠੀਕ ਆ, ਦੋ ਤਿੰਨ ਵਾਰ ਹੋ ਗਏ, ਗੋਲੀ ਦਾ ਕੇਸ ਹੋ ਗਿਆ, ਠੀਕ ਆ, ਦੋ ਤਿੰਨ। ਅੱਛਾ ਹੁਣ ਮੈਡਮ ਨੂੰ ਖਤਰਾ ਗਾ ਖਰੇ ਵੀ ਕਿੰਨਾ ਟਾਈਮ ਰਹਿ ਲੈਣਗੇ ਇਹਦੇ ਨਾਲੇ ਸਰਪੰਚ ਸਾਹਿਬ ਤੰਗ ਕਰਦੇ ਸੀਗੇ, ਇਸੇ ਗੱਲ ਕਰਕੇ ਮੇਰੇ ਨਾਲ ਉਹ ਖਾਰ ਖਾਂਦਾ, ਤਾਂ ਕਰਕੇ ਮੈਂ ਤਾਂ ਝੂਠਾ ਕੇਸ ਬਣਵਾ ਰਿਹਾ। ਇਹੀ ਗੱਲ ਹੈ ਕੁਛ ਹੋਰ ਤਾਂ ਨਹੀਂ? ਨਹੀਂ ਨਹੀਂ ਜੀ, ਤੋ ਜੋ ਦਿਲ ਤੇ ਆ ਉਹੀ ਮੂੰਹ ਤੇ ਆਪਣੇ, ਆਪਾਂ ਝੂਠ ਨਹੀਂ ਬੋਲਦੇ। ਚੱਲ ਐਂ ਤਾਂ ਤੂੰ ਇਸ ਮਹਿਕਮੇ ਚ ਡਿਊਟੀ ਕੀਤੇ ਝੂਠ ਤਾਂ ਕਾਹਨੂੰ ਮਾਰਦਾ, ਇੱਥੇ ਸਾਈਨ ਕਰ। ਹਾਂਜੀ ਹਾਂ ਸਾਈਨ ਕਰ ਇੱਥੇ ਆਪਦੇ, ਥੋੜਾ ਜਿਹਾ ਉੱਪਰ ਕਰਾ ਲਈ ਦਿੰਦੇ ਜੀ ਕਈ ਵਾਰ, ਇੱਥੇ ਕਰ ਦੇ ਤੂੰ, ਇੱਥੇ ਜੇ ਰਜਿਸਟਰ ਤੇ ਚੜਾਉਂਗੇ ਨਾ ਤੇ ਸਪੇਸ ਨਹੀਂ ਰਹਿੰਦੀ, ਤਾਂ ਕਹਿ ਰਿਹਾ ਮੈਂ। ਚੱਲ ਠੀਕ ਹੈ ਠੀਕ ਹੈ, ਚੱਲਦਾ ਜੀ ਮੈਂ। ਚੰਗਾ ਸੋਨੀ ਅੱਜ ਦਾ ਤੂੰ ਮੇਰਾ ਦਿਲ ਜਿੱਤ ਲਿਆ, ਦਿਲ ਇੱਥੇ ਬਸ ਗਈ ਤੂੰ, ਖੁਸ਼ ਕੀਤਾ ਹੀ ਸ਼ੇਰਾ। ਕਿਉਂ ਮੰਨਦੀ ਆ ਫਿਰ ਸੋਨੀ ਨੂੰ? ਮੰਨ ਗਈ, ਉਹ ਸਰਪੰਚ ਦਾ ਕੰਡਾ ਕੱਢ ਕੇ ਤਾਂ ਨਾ ਤੈਂ ਪਤਾ ਨਹੀਂ ਕਿੱਡਾ ਕੁ ਵੱਡਾ ਕੰਮ ਕੀਤਾ। ਸਰਪੰਚ ਦਾ ਕੰਡਾ ਜੀ, MLA ਸਾਹਿਬ ਦਾ? ਚੱਲ MLA ਮੰਨ ਲੈ, ਕੁਛ ਚਿਰ ਲਈ ਤਾਂ MLA ਦਾ ਉਹਦਾ ਵੀ ਸੰਭਾਲ ਲਈ ਹੈ। ਤੁਹਾਨੂੰ ਤਾਂ ਮੇਰੇ ਤੇ ਯਕੀਨ ਨਹੀਂ ਹੁੰਦਾ ਸੀ ਜੀ, ਤੇ ਹੁਣ ਕੰਮ ਕਰਤਾ, ਹੁਣ ਤਾਂ ਯਕੀਨ ਹੋ ਹੀ ਗਿਆ। ਦੇਖ ਸੋਨੀ, ਯਕੀਨ ਤਾਂ ਨਾ ਮੈਨੂੰ ਤੇਰੇ ਤੇ ਰੱਬ ਵਰਗਾ ਹੈ,